ਹਾਜ਼ਰ ਚੰਚਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਅਰ ਸ਼ਾਹ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚਾਹਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ ਮੈਂ ਹਾਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਚੜ੍ਹਦੀ ਕਲਾ ਕਿਵੇਂ ਹੋ ਜਿੰਦਾਬਾਦ ਟੈਣਾ ਸਾਹਿਬ ਸੁਸਤੀ ਜੀ ਲੱਗ ਰਹੀ ਹੈ ਚਿਹਰੇ ਦੇ ਉੱਪਰ ਨਹੀਂ ਤਾਂ ਐਸੀ ਗੱਲ ਹੀ ਕੋਈ ਨਹੀਂ ਛੁੱਟੀ ਕਿ ਮੈ ਰਹੀ ਛੁੱਟੀ ਠੀਕ ਰਹੀ ਜੀ ਛੁੱਟੀ ਗੱਲ ਇਹ ਆ ਵੀ ਸ਼ਨੀਵਾਰ ਨੂੰ ਵੀ ਕੰਮ ਕੀਤਾ ਜੀ ਤੇ ਐਤਵਾਰ ਨੂੰ ਵੀ ਕੰਮ ਕਾਜ ਕਾਫੀ ਸੀਗੇ ਹੂੰ ਤੇ ਦੋਵੇਂ ਦਿਨ ਕੰਮ ਕਾਜ ਨਿਬੜੇ ਆਪਦੇ ਤੇ ਠੀਕ ਆ ਬਸ ਅੱਗੇ ਜੀ ਹਾਜ਼ਰ ਜੀ ਜੀ ਬਿਲਕੁਲ ਹਾਜ਼ਰ ਮੈਡਮ ਜੀ ਸੋ ਆਪਾਂ ਸਭ ਤੋਂ ਪਹਿਲਾਂ ਮੌਸਮ ਦੀ ਹਾਲ ਬਿਆਨਨੀ ਦੇਖੋ ਵੀ ਪੰਜਾਬ ਦਾ ਮੌਸਮ ਤਾਂ ਹੈਗਾ ਬਦਲਵਾਈ ਵਾਲਾ ਹੂੰ ਕਈ ਥਾਵਾਂ ਤੇ ਗਰਮੀ ਵੀ ਪਈ ਜਾਂਦੀ ਤੇ ਕਈ ਥਾਵਾਂ ਤੇ ਪੈ ਜਾਂਦੀਆਂ ਕਣੀਆਂ ਜੀ ਪਰ ਮੌਸਮ ਵਿਭਾਗ ਨੇ ਗੱਲ ਕਹੀ ਆ ਵੀ 26 ਤਰੀਕ ਤੋਂ ਲੈ ਕੇ ਤੇ 28 ਤਰੀਕ ਤੱਕ ਯਾਨੀ ਕਿ 26 27 ਤੇ 28 ਜੁਲਾਈ ਨੂੰ ਪੰਜਾਬ ਦੇ ਵਿੱਚ ਭਰਮਾ ਵੀ ਪੈ ਸਕਦਾ ਅੱਛਾ ਜੀ ਬੇਹਦ ਮੀਂਹ ਪੈਣ ਦੀ ਸੰਭਾਵਨਾ ਬਾਕੀ ਕਿੰਨਾ ਕੁ ਪੈਂਦਾ ਸਮਾਂ ਦੱਸੋ ਟੇਣਾ ਸਾਹਿਬ ਇੱਕ ਸਵਾਲ ਦਾ ਜਵਾਬ ਦਿਓ ਜਦੋਂ ਧੁੱਪ ਚੜ੍ਹੀ ਹੋਵੇ ਤੇ ਮੀਂਹ ਪੈਂਦਾ ਹੋਵੇ ਉਹਨੂੰ ਕੀ ਕਹਿੰਦੇ ਆ ਗਿੱਦੜ ਗਿੱਡੀ ਦਾ ਵਿਆਹ ਹੁੰਦਾ ਕੱਲ ਉਹੀ ਹੋਇਆ ਜਲੰਧਰ ਚ ਅੱਛਾ ਹਾਂ ਬੜਾ ਕਿੰਨੇ ਕੁ ਬਰਾਤੀਸ ਨਾਲ ਇਹ ਨਹੀਂ ਮੈਨੂੰ ਪਤਾ ਪਰ ਗਿੱਦੜ ਗਿੱਡੀ ਦਾ ਵਿਆਹ ਹੋਇਆ 15 ਕੁ ਮਿੰਟ ਅੱਛਾ ਧੁੱਪ ਵੀ ਸੀ ਤੇ ਮੀਂਹ ਵੀ ਪਿਆ ਹਾਂ ਕੋ ਲੱਡੂ ਪੇੜੇ ਕੁਛ ਮਿਲੇ ਕਿ ਨਹੀਂ ਕੁਛ ਨਹੀਂ ਮਿਲਿਆ ਹਾਂ ਹੌਸਲਾ ਹੀ ਮਿਲਿਆ ਬਸ ਅੱਛਾ ਤੇ ਕਿਵੇਂ ਹੀ ਪਈ ਜਾਂਦਾ ਬਾਹਰ ਪਤਾ ਨਹੀਂ ਕਿਉਂ ਵੀ ਨਿੱਕੇ ਹੁੰਦੇ ਨੂੰ ਇਹ ਦੱਸਦੇ ਹੁੰਦੇ ਸੀ ਵੀ ਗਿੱਦੜ ਗੇੜੀ ਦਾ ਵਿਆਹ ਹੋ ਗਿਆ ਹੂੰ ਐਦਾਂ ਦੀਆਂ ਗੱਲਾਂ ਬਾਤਾਂ ਜੀਆਂ ਹੁੰਦੀਆਂ ਸੀ ਪਰ ਹੋਇਆ ਹਿਆ ਨਹੀਂ ਗੱਲਾਂ ਹੀ ਆ ਇਹ ਹਾਂ ਸਾਨੂੰ ਕਦੇ ਨਹੀਂ ਕਿਸੇ ਨੇ ਸਦਿਆ ਹਾਂ ਜੀ ਤੇ ਆਪਾਂ ਹੁਣ ਚਾਹਦੇ ਵਿਚਾਰ ਦੀ ਸੰਸਪਾਦਕ ਬੜਾ ਬੱਚਜਾ ਵਿਚਾਰ ਇਹ ਹੁਣ ਗੌਰ ਨਾਲ ਸੁਣਿਓ ਜੀ ਕਿ ਜ਼ਿੰਦਗੀ ਦੇ ਵਿੱਚ ਸਫਲਤਾ ਦੇ ਲਈ ਜਾਂ ਕਹਿ ਲਈਏ ਵੀ ਸਫਲਤਾ ਦੀ ਮੰਜ਼ਲ ਦੇ ਵੱਲ ਵਧਿਆ ਹੂੰ ਧੁੱਪ ਦਾ ਵੀ ਬੜਾ ਵੱਡਾ ਯੋਗਦਾਨ ਆ ਵਾਹ ਜ਼ਿੰਦਗੀ ਦੇ ਵਿੱਚ ਸਫਲਤਾ ਦੇ ਵੱਲ ਵੱਧ ਧਿਆਨ ਤੁੱਪ ਦਾ ਵੀ ਬੜਾ ਵੱਡਾ ਯੋਗਦਾਨ ਹੈ ਹੂੰ ਜੇ ਛਾਂ ਹੁੰਦੀ ਤਾਂ ਅਸੀਂ ਸੌਂ ਗਏ ਹੁੰਦੇ ਵਾਹ 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 ਜਿਹੜੀ ਤੁੱਪ ਆ ਨਾ ਉਹ ਸਾਨੂੰ ਸੌਣ ਤੋਂ ਰੋਕਦੀ ਆ ਤੇ ਜੇ ਛਾਂ ਹੋਵੇ ਸੀ ਕਦੇ ਚਲੋ ਚਪਕੀ ਲਾ ਲੈਨੇ ਆ ਇਸ ਕਰਕੇ ਹਰ ਹਾਲਾਤ ਦੇ ਵਿੱਚ ਅੱਗੇ ਤੋਂ ਅੱਗੇ ਤੋਂ ਅੱਗੇ ਵਧਣਾ ਜਾਰੀ ਰੱਖੋ ਜੀ ਬਿਲਕੁਲ ਹਮੇਸ਼ਾ ਅੱਗੇ ਵਧਦੇ ਰਹੋ ਮੰਜ਼ਿਲ ਇੱਕ ਨਾ ਇੱਕ ਦਿਨ ਜ਼ਰੂਰ ਮਿਲੇਗੀ ਤੇ ਹੁਣ ਮੇਰੇ ਵਾਲਾ ਚਾਹਦਾ ਵਿਚਾਰ ਕੌਣ ਦਿਓ ਜਾਦੂ ਦੱਸ ਮੈਂ ਇੱਕ ਤੁਹਾਨੂੰ ਜਾਦੂ ਜੀ अच्छा हम्म ते ਆਖਦਾ ਵੀ ਇੱਥੇ ਕੋਈ ਪਟਾਰੀ ਦੇ ਵਿੱਚ ਕਬੂਤਰ ਕੱਢਣਾ ਨਾ 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 ਹਾਂ ਇੱਕ ਜਾਦੂ ਦੱਸਣਾ ਧਿਆਨ ਨਾਲ ਸੁਣਿਓ ਹਾਂ ਖੁਦ ਤੇ ਵਿਸ਼ਵਾਸ ਕਰਨਾ ਵੀ ਇੱਕ ਜਾਦੂ ਹੈ ਅੱਛਾ ਖੁਦ ਤੇ ਵਿਸ਼ਵਾਸ ਕਰਨਾ ਵੀ ਇੱਕ ਜਾਦੂ ਹੈ ਜੇਕਰ ਤੁਸੀਂ ਇਹ ਕਰ ਲਿਆ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਹਾਂ ਇਹ ਤਾਂ ਗੱਲ ਸਹੀ ਆ ਵੀ ਆਪਣੇ ਆਪ ਤੇ ਯਕੀਨ ਰੱਖੋ ਤੇ ਯਕੀਨ ਵੀ ਚੱਜ ਦੇ ਕੰਮ ਤੇ ਰੱਖੋ ਜੀ ਇਹ ਨਹੀਂ ਵੀ ਆਪਾਂ ਤਾਂ ਸੌਨੇ ਬਹੁਤ ਹੁੰਨੇ ਆਪਾਂ ਠੀਕ ਹੀ ਹੁੰਨੇ ਆ ਆਪਾਂ ਜੋ ਵੀ ਕਰਦੇ ਆਪਾਂ ਸਿਗਰਟ ਮੀਡੀ ਪੀਨੇ दारू ਪੀਨੇ ਆਪਾਂ ਠੀਕ ਹੀ ਹੁੰਨੇ ਆ ਜੀ ਐ ਨਹੀਂ ਖੁੱਦ ਤੇ ਯਕੀਨ ਰੱਖੋ ਚਾਜਦੇ ਕਮਾਲੀ ਹੂੰ ਤੇ ਬਸ ਸਭ ਕੁਝ ਠੀਕ ਹੋ ਜਾਂਦਾ ਬਿਲਕੁਲ ਸਹੀ ਹੈ ਖੁਦ ਤੇ ਵਿਸ਼ਵਾਸ ਕਰੋਗੇ ਕਿ ਮੈਂ ਆ ਕੰਮ ਕਰ ਸਕਦਾ ਤਾਂ ਹੀ ਕੁਝ ਹੋਊਗਾ ਜੇਕਰ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਹੀ ਨਹੀਂ ਰੱਖੋਗੇ ਵੀ ਮੇਰੇ ਤੋਂ ਕੋਈ ਕੰਮ ਹੋਊਗਾ ਜਾਂ ਨਹੀਂ ਹੋਊਗਾ ਤਾਂ ਉਹਦੇ ਨਾਲ ਤਾਂ ਪੱਕਾ ਨਹੀਂ ਹੋਈ ਹੋਊਗਾ ਜਦ ਤੱਕ ਤੁਸੀਂ ਕਿਸੇ ਕੰਮ 'ਚ ਹੱਥ ਨਹੀਂ ਪਾ ਲੈਂਦੇ ਕਿਸੇ ਕੰਮ ਨੂੰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਉਦੋਂ ਤੱਕ ਸੱਟਾ ਕਿਵੇਂ ਆਊਗਾ ਵੀ ਕੰਮ ਹੋ ਸਕਦਾ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਇੱਕ ਹੋਰ ਦੱਸਾਂ ਜੀ ਵੀ ਭਾਰਤ ਦੇ ਵਿੱਚ ਨਾ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਰਿਸ਼ਤੇ ਬੜੇ ਉੱਧੜਦੇ ਜਾਂਦੇ ਆ ਬਿਲਕੁਲ ਰਿਸ਼ਤੇ ਹੁਣ ਨਾਂ ਦੇ ਹੀ ਆ ਜਿਹੜੇ ਰਿਸ਼ਤੇ ਹੁੰਦੇ ਸੀ ਜਦੋਂ ਕੱਚੇ ਘਰ ਹੁੰਦੇ ਸੀ ਪਰ ਰਿਸ਼ਤੇ ਬੜੇ ਪੱਕੇ ਹੁੰਦੇ ਸੀ ਹੁਣ ਘਰ ਵਰਗੇ ਸੰਗਮ ਵਰਮਰੀ ਹੁਣ ਇਹ ਵੀ ਭਾਈ ਅਸੀਂ ਆ ਇਟਾਲੀਅਨ ਪੱਥਰ ਲਵਾਇਆ ਅਸੀਂ ਜੇ ਜੈਪੁਰ ਦੇ ਵਿੱਚੋਂ ਲੈ ਕੇ ਆਏ ਅਸੀਂ ਫਲਾਨੀ ਚੀਜ਼ ਫਲਾਨੀ ਥਾਂ ਤੋਂ ਮੰਗਵਾਈ ਪਰ ਉਹਨੇ ਰਿਸ਼ਤੇ ਕੱਚੇ ਹੋ ਹੀ ਜਾਂਦੇ ਆ ਕਿਉਂਕਿ ਅਸੀਂ ਪਦਾਰਥਵਾਦੀ ਹੋ ਗਏ ਆ ਹਰ ਚੀਜ਼ ਚਮਕਦਮਕ ਵਾਲੀ ਚਾਹੀਦੀ ਹੈ ਤੇ ਰਿਸ਼ਤੇ ਵਿੱਚਲੀ ਸਾਦਗੀ ਦੀ ਰਮਜ਼ ਨੂੰ ਅਸੀਂ ਸਮਝਦੇ ਨਹੀਂਗੇ ਇਹ ਸਮਝਣ ਦੀ ਲੋੜ ਆ ਤੇ ਕਦੇ-ਕਦੇ ਮੈਨੂੰ ਇਹ ਲੱਗਦਾ ਵੀ ਜਿਹੜੇ ਨਾ ਬਹੁ ਗਿਣਤੀ ਬੂ ਬਣੇ ਆ ਪੰਜਾਬ ਦੇ ਵਿੱਚ ਇਹਨਾਂ ਨੇ ਅੱਦੋਂ-ਬੱਦ ਰਿਸ਼ਤੇ ਮੁਕਾਤੇ ਅੱਛਾ ਜੀ ਇਹ ਹਰ ਕਿਸੇ ਨੂੰ ਕਹਿੰਦੇ ਵੀ ਤੁਹਾਡੇ ਆਪਣਿਆਂ ਨੇ ਕੁਛ ਕੀਤਾ ਹੂੰ ਤੇ ਆਪਣੇ ਫਿਰ ਬੰਦਾ ਲੱਭੀ ਜਾਂਦਾ ਆਪਣੇ ਤਾਂ ਹੈ ਹੀ ਨਹੀਂ ਆਪਣਿਆਂ ਨੇ ਐ ਕੀਤਾ ਤੇਰਾ ਆਪਣਿਆਂ ਨੇ ਐ ਕੀਤਾ ਤੇਰੇ ਖਿਲਾਫ ਆਪਣਿਆਂ ਨੇ ਐ ਕੀਤਾ ਐ ਕਰ ਕਰਕੇ ਅੱਧਿਕ ਤਾਂ ਇਹਨਾਂ ਨੇ ਮੁਕਾਤੇ ਤੇ ਅੱਧੇ ਕਸੇ ਆਪੇ ਮੁਕਾਲੇ ਬਿਲਕੁਲ ਹਰ ਇੱਕ ਘਰ ਦੇ ਵਿੱਚ ਨਾ ਇਹਨਾਂ ਨੇ ਆ ਗੱਲ ਤਾਂ ਜ਼ਰੂਰ ਕਹਿਣੀ ਹੁੰਦੀ ਹੈ ਵੀ ਤੇਰੀ ਨਨਾਨੀ ਚੰਗੀ ਤੇਰੀ ਜਠਾਣੀ ਨਹੀਂ ਚੰਗੀ ਤੇਰੀ ਦਰਾਣੀ ਨਹੀਂ ਚੰਗੀ ਕੋਈ ਇਹ ਨਹੀਂ ਕਹਿੰਦਾ ਵੀ ਤੂੰ ਨਹੀਂ ਚੰਗੀ ਹਾਂ ਹਰ ਕੋ ਇਹ ਕਹਿੰਦਾ ਵੀ ਤੇਰੇ ਆਪਣੇ ਨਹੀਂ ਚੰਗੇ ਤੂੰ ਤਾਂ ਬਿਲਕੁਲ ਠੀਕ ਆ ਤੂੰ ਸਾਰਿਆਂ ਦਾ ਕੀਤਾ ਤੇਰਾ ਕਿਸੇ ਨੇ ਨਹੀਂ ਕੀਤਾ ਤੇਰੇ ਹੱਥ ਦੇ ਵਿੱਚ ਪੈਸਾ ਠਹਿਰਦਾ ਨਹੀਂ ਤੇ ਦੁਨੀਆ ਦਾ ਕਿਹੜਾ ਬੰਦਾ ਜਿਹਦੇ ਹੱਥ ਚ ਠਹਿਰਦਾ ਬਿਲਕੁਲ ਤੂੰ ਸਭ ਦਾ ਬਹੁਤ ਕਰਦਾ ਤੇਰਾ ਕੋਈ ਨਹੀਂ ਬਣਦਾ ਤੇ ਇਹ ਹੁੰਦਾ ਹੀ ਆ ਜੀ ਤੂੰ ਨਾ ਪਿਛਲੇ ਕੁਝ ਸਮੇਂ ਦੇ ਵਿੱਚ ਕਾਲਾ ਲੀੜਾ ਪਾਇਆ ਹੁਣ ਪਤਾ ਹੀ ਹੈ ਵੀ ਮੈਂ ਜਰਾਬ ਜਰੂਪ ਪਾਈ ਹੋਣੀ ਹੈ ਕੱਲ ਪਰਸੋ ਵੀ ਸੋ ਐਦਾਂ ਦੀਆਂ ਗੱਲਾਂ ਹੁੰਦੀਆਂ ਤੇ ਆਪਾਂ ਆ ਜਾਂਦੇ ਚੱਕਰ ਦੇ ਵਿੱਚ ਅੱਧੇ ਕਰ ਰਿਸ਼ਤੇ ਤਾਂ ਇਹਨਾਂ ਬੂਬੜਿਆਂ ਨੇ ਮੁਕਾਤੇ ਆ ਬਿਲਕੁਲ ਇਸ ਲਈ ਬੱਚੋ ਪਾਈ ਜਿੰਨਾ ਬੱਦਸਾਹੀ ਸਹੀ ਗੱਲ ਆਦੀ ਹਾਜ਼ਰ ਹੈ ਜੰਚਦਾ ਵੀਚਾਰ ਹਰਮਨ ਜੀ ਜੇਕਰ ਤੁਹਾਨੂੰ ਕੋਈ ਚੀਜ਼ ਫੜਾਈ ਜਾਵੇ ਵੀ ਭਾਈ ਇਹਨੂੰ ਚਲਾ ਕੇ ਮਾਰੋ ਤੇ ਕਿੰਨੀ ਕੁ ਦੂਰੀ ਤੱਕ ਚਲਾ ਕੇ ਮਾਰੋਗੇ ਵਾਟ ਕਿੰਨੀ ਚਲੀ ਜਾਊ ਮੈਂ ਪੂਰਾ ਜ਼ੋਰ ਲਾਉਂਗੀ ਪੂਰੀ ਕੋਸ਼ਿਸ਼ ਕਰੂੰਗੀ ਜਿੰਨੀ ਦੂਰ ਤੱਕ ਜਾ ਸਕਾਂ ਪਰ ਡਲੇ ਨਾਲ ਆਪ ਨਹੀਂ ਜਾਣਾ ਆਪ ਉੱਥੇ ਹੀ ਖੜੇ ਰਹਿਣਾ ਇਹ ਨਾ ਹੋਏ ਥੋੜਾ ਡਲਾ ਫੜ ਕੇ ਚੰਡੀਗੜ੍ਹ ਤੇ ਛੱਡਿਆ ਹੋ ਜਾ ਕੇ ਜਾਂ ਜੈਪੁਰ ਤੇ ਛੱਡਿਆ ਹੋ ਜਾ ਕੇ ਅਬ ਐ ਮਾਰਨਾ ਤੇ ਨਾਲ ਹੀ ਆਪ ਚਲੇ ਜਾਓ ਨਹੀਂ ਮੈਂ ਪੂਰਾ ਜ਼ੋਰ ਲਾਉਂਗੀ ਜਿੰਨੀ ਦੂਰ ਤਾਈ ਚੱਲ ਜਾਏ ਨੇ ਜਾ ਮਾਰਿਆ ਮੁੰਡੇ ਦੇ ਨੇਜਾ ਨੀਰਜ ਚੋਪੜਾ ਨੇ ਨੀਰਜ ਚੋਪੜਾ ਨੇ ਭਾਲਾ ਸੱਟਿਆ ਉਹਨੇ ਤੇ ਜਿਹਨੂੰ ਜੈਵਲਨ ਥਰੋ ਕਹਿੰਦੇ ਆ ਜੈਵਲਨ ਥਰੋ ਉਹਨੇ ਮਾਰਾ ਚਲਾ ਕੇ ਕਮਾਲਾਂ ਕਰਤੀਆਂ ਉਹਨੇ ਜੀ ਤੇ ਬਸ ਬੱਲੇ ਬੱਲੇ ਕਰਵਾਤੀ ਦੇਸ਼ ਦੀ ਤੇ ਉਹ ਬਸ ਕਮਾਲ ਦੀ ਪ੍ਰਾਪਤੀ ਹੈ ਇਹ। ਵਾਕਈ ਕਮਾਲ ਦੀ ਹੈ। ਇਹ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਵਿੱਚ ਉਹਨੇ ਭਾਰਤ ਦੀ ਝੋਲੀ ਦੇ ਵਿੱਚ ਚਾਂਦੀ ਦਾ ਤਮਗਾ ਪਾਇਆ। ਜੀ। ਤੇ ਕਮਾਲ ਕਰਤੀ ਉਹਨੇ। ਬਿਲਕੁਲ ਔਰ ਕਹਿੰਦੇ ਕਿ ਕਿੰਨੇ ਸਾਲਾਂ ਬਾਅਦ ਜਾ ਕੇ ਇਹ ਜਿਹੜਾ ਹਾਂਜੀ ਸੋਕਾ ਮੁੱਕਿਆ ਕਿੰਨੇ ਸਾਲਾਂ ਬਾਅਦ ਜਾ ਕੇ ਇਹ ਮੈਡਲ ਭਾਰਤ ਦੇ ਹਿੱਸੇ ਆਇਆ ਹੈ। ਸੋ ਵਾਕਈ ਮੁੰਡੇ ਨੇ ਬਹੁਤ ਮਿਹਨਤ ਕੀਤੀ। ਇਹ ਪਹਿਲਾਂ ਵੀ ਇਹ ਸੋਨੇ ਦਾ ਮੈਡਲ ਲੈ ਕੇ ਆਇਆ ਸੀ ਮੁੰਡਾ। ਹਾਂਜੀ ਇਹਨੇ ਉਦੋਂ 올림픽ਸ ਦੇ ਵਿੱਚ ਵੀ ਤਾਂ ਜੈਵਲਿਨ ਥਰੋ ਦੇ ਵਿੱਚ ਹੀ ਕਹਿੰਦੇ ਕਿ ਉਦੋਂ ਵੀ ਇਹਨੇ ਭਾਰਤ ਦੇ ਹਿੱਸੇ ਦੇ ਵਿੱਚ 골ਡ ਮੈਡਲ ਪਾਇਆ ਸੀ। ਬਿਲਕੁਲ ਤੇ ਖਿਡਾਰੀਆਂ ਦਾ ਜੀ ਸਾਡੀਆਂ ਸਰਕਾਰਾਂ ਇਹਨਾਂ ਖਿਡਾਰੀਆਂ ਦਾ ਸਨਮਾਨ ਕਰਗੇ ਅਸੀਂ ਉਦਾਂ ਵੀ ਤਾਂ ਗੱਲਾਂ ਰੇੜਦੇ ਹੀ ਆ ਚਲਾਚਲਾ ਮਾਰਨੇ ਗੱਲਾਂ ਕਿੰਨੇ ਗੱਪ ਰੇੜਦੇ ਆਂ ਵੀ ਭਾਈ ਆ ਦੇਖ ਮੇਰਾ ਗੱਪ ਕਿੱਥੇ ਤੱਕ ਜਾਂਦਾ ਮੇਰਾ ਆਗਾ ਪੱਕੇ ਤੱਕ ਜਾਂਦਾ ਇਹਨਾਂ ਖਿਡਾਰੀਆਂ ਨੇ ਸੱਚੀ ਮੁੱਚੀ ਭਾਲਾ ਸੁੱਟ ਕੇ ਤੇ ਕਮਾਲ ਕੀਤੀ ਆ ਬਿਲਕੁਲ ਖਿਡਾਰੀਆਂ ਦਾ ਸਤਕਾਰ ਕਰੋਗੇ ਤਾਂ ਕੁਸ਼ਟੰਗਾ ਹੋਊਗਾ ਆਪਾਂ ਦੇਖਦੇ ਆ ਬਹੁਤ ਸਾਰੇ ਖਿਡਾਰੀ ਇਹੋ ਜਿਹੇ ਆ ਜਿਹੜੇ ਮੈਡਲ ਲੈ ਕੇ ਬੈਠੇ ਨੇ ਪਰ ਉਹਨਾਂ ਦਾ ਭਵਿੱਖ ਵਿਚਾਰਾਂ ਦਾ ਕੁਝ ਵੀ ਨਹੀਂ ਹੋ ਸਕਿਆ ਉਹ ਭਵਿੱਖ ਇਹਨਾਂ ਮੈਡਲ ਲਾਈਨ ਤਰ੍ਹਾਂ ਚਮਕ ਨਹੀਂ ਸਕਿਆ ਜੋ ਕਿ ਮਾੜੀ ਗੱਲ ਆ ਖਿਡਾਰੀ ਸਾਹਮਣੇ ਬਹੁਤ ਜ਼ਰੂਰੀ ਹੈ ਅਸੀਂ ਖਿਡਾਰੀ ਸਾਹਮਣੇ ਤਾਂ ਬੱਚਿਆਂ ਦੇ ਵਿੱਚ ਵਿੱਚ ਉਤਸ਼ਾਹ ਪੈਦਾ ਹੋਊਗਾ ਕਿ ਅਸੀਂ ਵੀ ਖੇਡਾਂ ਵੱਲ ਨੂੰ ਜਾਈਏ ਅਸੀਂ ਵੀ ਖੇਡਾਂ ਖੇਡਾਂ ਇਹ ਤਾਂ ਸਾਡੇ ਖਿਡਾਰੀਆਂ ਦੀ ਦ੍ਰਿੜਤਾ ਦੇ ਕਰਕੇ ਹੀ ਆ ਨੇ ਸਾਰਾ ਜ਼ੋਰ ਤਾਂ ਸਬ ਦਾ ਲੱਗਾ ਪਿਆ ਵੇ ਭਾਈ ਕ੍ਰਿਕਟ ਵਿੱਚ ਚੌਕਾ ਕੌਣ ਲਾਉਂਦਾ ਸ਼ੱਕਾ ਕੌਣ ਲਾਉਂਦਾ ਤੇ ਬਾਕੀ ਆ ਜਿਹੜੇ ਖਿਡਾਰੀ ਉਹ ਕੋਈ ਮੈਡਲ ਲੈ ਆਉਂਦੇ ਆ ਉਹ ਆਪਦੇ ਬਲਬੁੱਤੇ ਹੀ ਲਿਆਉਂਦੇ ਆ ਨਹੀਂ ਕਿਸੇ ਨੇ ਕਿ ਬਾਹਲਾ ਉਹਨਾਂ ਲਈ ਕੁਝ ਕੀਤਾ ਨਹੀਂਗਾ ਕੋਈ ਕਬੱਡੀ ਦੇ ਵਿੱਚ ਮੱਲ ਮਾਰ ਗਿਆ ਆਪਦੇ ਕਰਕੇ ਹੀ ਆ ਹੂੰ ਕੋਈ ਇੱਥੇ ਕਿਸੇ ਹੋਰ ਖੇਡ 'ਚ ਮੱਲ ਮਾਰ ਗਿਆ ਉਹ ਆਪਦੇ ਕਰਕੇ ਹੀ ਆ ਨਹੀਂ ਤਾਂ ਕਿਸੇ ਨੇ ਕਦੇ ਕੋਈ ਜ਼ੋਰ ਲਾਇਆ ਹੋ ਸਕਦਾ ਵੀ ਭਾਈ ਘਰੋਂ ਠੀਕ ਵੀ ਹੋਵੇ ਬੰਦਾ ਪਰ ਕਿਸੇ ਨੇ ਕਦੇ ਉਤਸ਼ਾਹਿਤ ਕੀਤਾ ਜਦੋਂ ਕੋਈ ਬੰਦਾ ਮੈਡਲ ਲੈ ਆਉਂਦਾ ਜਦੋਂ ਕੋਈ ਬੰਦਾ ਵੱਡੀ ਪ੍ਰਾਪਤੀ ਕਰ ਦਿੰਦਾ ਫਿਰ ਤਾਂ ਸਾਰੇ ਕਹਿੰਦੇ ਆਪਣਾ ਬੱਚਾ ਇਹ ਬਿਲਕੁਲ ਆਪਣਾ ਸ਼ੁਰੂ ਤੋਂ ਪਤਾ ਸੀ ਜੀ ਇਹ ਬੱਚੇ ਨੇ ਕੁਛ ਨਾ ਕੁਛ ਕਰ ਦਿਖਾਉਣਾ ਇਹਨੂੰ ਪਾਲਾ ਸਿੱਟਣਾ ਮੈਂ ਹੀ ਸਖਾਇਆ ਇਹਨੂੰ ਪਾਲਾ ਸਿੱਟਣਾ ਆਪਾਂ ਹੀ ਸਖਾਇਆ ਇਹ ਬੜਾ ਤਕੜਾ ਭਾਲਾ ਛੜਦਾ ਸੀ ਪਹਿਲਾਂ ਵੀ ਪਰ ਉਹਨੇ ਪਾਈ ਸੱਟਿਆ ਤੇ ਕਮਾਲ ਕਰਤੀ ਹੁਣ ਤੁਸੀਂ ਵੀ ਨਾ ਘਰੇ ਜਾ ਕੇ ਉਹ ਡਾਂਗ ਜੀ ਰੱਖ ਕੇ ਨਾ ਆ ਮਾਰਿਆ ਖਰੋ ਚਲਾ ਦੇ ਹਾਂ ਮੁੜ ਕੇ ਕਿਸੇ ਦੀ ਅੱਖੋ ਖਚਵਾਜੇ ਜਾ ਕੇ ਤਾਂ ਮੈਂ ਹੋਰ ਸਿਆਪਾ ਪਾ ਲਵਾਂ ਰੜੇ ਪਟੱਕ ਥਾਂ ਤੇ ਜਾਣਾ ਆਪਾਂ ਅੱਛਾ ਜੀ ਟਾਣਾ ਸਾਹਿਬ ਜਦੋਂ ਮਾੜੀ ਕਿਸਮਤ ਹੋਵੇ ਨਾ ਫਿਰ ਰੜੇ ਥਾਂ ਤੇ ਜਾ ਕੇ ਵੀ ਕਿਤੇ ਹੋਰ ਨਹੀਂ ਚੱਲ ਜਾਂਦਾ ਹੁੰਦਾ ਅੱਛਾ ਮੁੜ ਕੇ ਛਡਾਉਣ ਕੇ ਨਹੀਂ ਆਉਣਾ ਮੈਨੂੰ ਤੁਸੀਂ ਗੋਲਾ ਸੁੱਟਿਆ ਕਰੋ ਐਂਜੇ ਕਰਕੇ ਨਾ ਜਿਵੇਂ ਐਂ ਕਰਕੇ ਐਂ ਟਾਣਾ ਸਾਹਿਬ ਐਂ ਜੇ ਨਹੀਂ ਹੁੰਦਾ ਉਹ ਹਾਂ ਆਪਾਂ ਕੋਈ ਉੱਥੇ ਕਦੀ ਨਹੀਂ ਲਾਉਣੀ ਇੱਕ ਨਹੀਂ ਲਾਉਣੀ ਕੋਈ ਤਰੀਕਾ ਹੁੰਦਾ ਉਹ ਮੈਂ ਇੱਕ ਬੀਬੀ ਦੇਖੀ ਕੱਲ YouTube ਤੇ ਉਹ ਤਾਂ ਐ ਕਰਕੇ ਉਹਨੇ ਸਟ ਐ ਕਰਕੇ ਨਾ ਐ ਆ ਪੂਰੀ ਫਲਿੰਗ ਹੁੰਦੀ ਆ ਨਾ ਇਹ ਥੋੜੀ ਵੀ ਐ ਕਰਨ ਤੇ ਹੱਥ ਰੱਖ ਕੇ ਤੇ ਉਹ ਹਜ਼ੂਰ ਜੀ ਮੈਂ ਤਾਂ ਬੇਨਤੀ ਕੀਤੀ ਵੀ ਬਿਲਕੁਲ ਤੁਹਾਡੇ ਵਾਂਗੂ ਸੀ ਬੀਬੀ ਕੀ ਵੀ ਆ ਗੋਲਾ ਮਾਰੋ ਚਲਾ ਕੇ ਅੱਛਾ ਬਸ ਇਹ ਮੈਨੂੰ ਨਾ ਸਿਖਾਓ ਤੁਸੀਂ ਕਿਉਂ ਕਿ ਜੇ ਮੈਂ ਗੋਲਾ ਚਲਾ ਚਲਾ ਕੇ ਮਾਰਨ ਲੱਗ ਗਈ ਨਾ ਇਹ ਪਤਾ ਹੀ ਨਹੀਂ ਕਿਹਦੇ ਕਿਹਦੇ ਵੱਜੂਗਾ ਅੱਛਾ ਚਲੋ ਫੇਰ ਵੀ ਭਾਈ ਖਿਡਾਰੀ ਜ਼ਿੰਦਾਬਾਦ ਜੀ ਬਿਲਕੁਲ ਜ਼ਿੰਦਾਬਾਦ हाजिर है जज का विचार टाणा साहब हर रोज एक नवा तरीका एक नवी खबर ਇਸ ਤਸਕਰੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਹੈਨਾ ਕਦੇ ਆਪਾਂ ਕੁਝ ਪੜ੍ਹਦੇ ਆਂ ਕਦੇ ਕੁਝ ਪੜ੍ਹਦੇ ਆਂ ਕੋਈ ਕਿਸੇ ਤਰੀਕੇ ਨਾਲ ਤਸਕਰੀ ਕੀਤਾ ਜਾਂਦਾ ਕੋਈ ਕਿਸੇ ਤਰੀਕੇ ਨਾਲ ਕੀਤਾ ਜਾਂਦਾ ਪਰ ਹੁਣ ਜਿਹੜੀ ਗੱਲ ਸਾਹਮਣੇ ਆਈ ਉਹ ਤਾਂ ਸਾਰਿਆਂ ਨੂੰ ਹੈਰਾਨ ਹੀ ਕਰਤਾ ਵੀ ਆਹ ਕੁਝ ਵੀ ਹੋ ਸਕਦਾ ਪਹਿਲਾ ਸਵਾਲ ਤਾਂ ਇਹ ਹੈ ਬਈੜੀਆਂ ਐਮਬੂਲੈਂਸ ਹੁੰਦੀਆਂ ਹਾਂਜੀ ਉਹ ਕਾਦੇ ਲਈ ਆ ਮਰੀਜ਼ ਲਈ ਮਰੀਜ਼ ਦੀ ਜ਼ਿੰਦਗੀ ਬਚ ਜਾਏ ਉਹ ਵੇਲੇ ਸਿਰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾ ਸਕੇ ਇਹਦੇ ਕਰਕੇ ਸਾਇਰਨ ਵੱਜਦਾ ਜੀ ਇਹਦੇ ਕਰਕੇ ਉਹਦੇ ਵਿੱਚ ਸਾਰਾ ਜਿਹੜਾ ਸਿਸਟਮ ਹੁੰਦਾ ਪ੍ਰਬੰਧ ਕੀਤਾ ਹੁੰਦਾ ਉਹਦੇ ਵਿੱਚ ਆਕਸੀਜਨ ਹੁੰਦੀ ਹੈ ਉਹਦੇ ਵਿੱਚ ਹੋਰ ਜਿਹੜਾ ਸਮਾਨ ਹੁੰਦਾ ਵੈਂਟੀਲੇਟਰ ਵਾਲੀ ਐਮ뷸ੈਂਸ ਵੀ ਹੁੰਦੀ ਹੈ ਉਹਦੇ ਵਿੱਚ ਡਾਕਟਰ ਤੇ ਉਹਦੇ ਵਿੱਚ ਨਰਸ ਵੀ ਹੁੰਦੀ ਹੈ ਉਹਦੇ ਕਰਕੇ ਸਾਨੂੰ ਜ਼ਿੰਦਗੀ ਸ਼ਾਇਦ ਬਚਾਉਣ ਦਾ ਮੌਕਾ ਮਿਲ ਜਾਂਦਾ ਹੈ ਕਈ ਵਾਰ ਬਿਲਕੁਲ ਬਿਲਕੁਲ ਕਿਉਂਕਿ ਜਿੰਨੀ ਜਲਦੀ ਅਸੀਂ ਪਹੁੰਚਾਂਗੇ ਹਸਪਤਾਲ ਦੇ ਵਿੱਚ ਸ਼ਾਇਦ ਜ਼ਿੰਦਗੀ ਉਨੀ ਛੇਤੀ ਬਚਾਉਣ ਦੇ ਲਈ ਉਪਰਾਲੇ ਸ਼ੁਰੂ ਹੋ ਜਾਣ ਪਰ ਜਿਹੜੇ ਲੋਕ ਭਾਈ ਐਂਬੂਲੈਂਸ ਨੂੰ ਰਾਹ ਨਹੀਂ ਦਿੰਦੇ ਉਹਨਾਂ ਨੂੰ ਵੀ ਬੇਨਤੀ ਆ ਵੀ ਭਾਈ ਤੁਹਾਡੇ ਤੱਕ ਕੰਮ ਕਦੇ ਮੁਕਣਾ ਹੀ ਨਹੀਂ ਬਿਲਕੁਲ ਤੇ ਆਪਾਂ ਕਦੇ ਵੀ ਵੇਲੇ ਸਰ ਕਿਸੇ ਥਾਂ ਤੇ ਪਹੁੰਚਣਾ ਹੀ ਨਹੀਂ ਇਹਨਾਂ ਨੂੰ ਤਾਂ ਆਪਾਂ ਪਹੁੰਚਣ ਦੇ ਦਿਆ ਕਰਗੇ ਕਈ ਲੋਕ ਨਾ ਸਾਇਰਨ ਦੀ ਆਵਾਜ਼ ਸੁਣਦੇ ਵੀ ਹੁੰਦੇ ਆ ਪਰ ਢੀਠ ਜੇ ਹੋ ਕੇ ਤੇ ਮੂਰੇ ਗੱਡੀ ਲਾਈ ਖੜਦੇ ਆ ਮਾੜਾ ਮੋਟਾ ਆਪਣੀ ਜ਼ਿੰਮੇਵਾਰੀ ਨਭਾਉਣੀ ਸ਼ੁਰੂ ਕਰ ਗਏ ਜਿਸ ਦਿਨ ਆਪ ਪਏ ਹੋਏ ਦੇ ਵਿੱਚ ਤੇ ਫਿਰ ਵੀ ਸਾਡੇ ਮਨ ਦੇ ਵਿੱਚ ਇਹ ਗੱਲ ਆਉਣੀ ਵੀ ਯਾਰ ਟ੍ਰੈਫਿਕ ਨੇ ਬਹੁਤ ਤੰਗ ਕੀਤਾ ਯਾਰ ਐ ਹੋ ਜਾਂਦਾ ਯਾਰ ਇਉਂ ਹੋਣਾ ਚਾਹੀਦਾ ਸੀ ਆਪ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸ਼ੁਰੂ ਕਰਕੇ ਪਰ ਗੱਲ ਜਿਹੜੀ ਤੁਸੀਂ ਪੁੱਛੀ ਆ ਉਹ ਇਹ ਆ ਵੀ ਐਂਬੂਲੈਂਸ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਸ਼ੁਰੂ ਹੋਈ ਆ ਜੀ ਹੈਰਾਨੀ ਹੁੰਦੀ ਆ ਕਿ ਮੁਹਾਲੀ ਦੀ ਪੁਲਿਸ ਦੇ ਹੱਥ ਦੇ ਵਿੱਚ 8 ਕਿਲੋ ਫੀਮ ਤੇ ਤਿੰਨ ਤਸਕਰ ਲੱਗੇ ਆ ਜੀ ਕਿਉਂਕਿ ਉਹਨਾਂ ਨੇ ਟੋਲ ਪਲਾਜ਼ੇ ਦੇ ਉੱਤੇ ਨਾਕਾ ਲਾਇਆ ਸੀ ਤੇ ਉੱਥੇ ਆਉਂਦੀ ਜੀ ਇੱਕ ਐਂਬੂਲੈਂਸ ਉਸ ਐਂਬੂਲੈਂਸ ਦਾ ਸਾਇਰਨ ਵੱਜ ਰਿਹਾ ਪਰ ਉਹਦੇ ਵਿੱਚ ਨਾ ਕੋਈ ਡਾਕਟਰ ਆ ਤੇ ਨਾ ਕੋਈ ਨਰਸਾ ਅੱਛਾ ਜੀ ਨਾ ਉਹਦੇ ਵਿੱਚ ਕੋਈ ਵੈਂਟੀਲੇਟਰ ਆ ਤੇ ਨਾ ਉਹਦੇ ਵਿੱਚ ਕੋਈ ਆਕਸੀਜਨ ਦਾ ਪ੍ਰਬੰਧ ਆ ਇੱਕ ਮਰੀਜ਼ ਉਹਦੇ ਵਿੱਚ ਲੰਮਾ ਪਿਆ ਤੇ ਇੱਕ ਉਹਦੇ ਸਿਰਾਂ ਨੇ ਬੈਠਾ ਵੀ ਜਿਵੇਂ ਉਹਦੇ ਕੋਈ ਦੇਖਭਾਲ ਕਰਨ ਵਾਲਾ ਹੋਵੇ ਹੂੰ ਹੂੰ ਲੋ ਜੀ ਪੁਲਿਸ ਵਾਲਿਆਂ ਨੂੰ ਸ਼ੱਕ ਪਿਆ ਉਹਨਾਂ ਨੇ ਨਾ ਖੁਲਵਾ ਕੇ ਦਰਵਾਜ਼ਾ ਤੇ ਦੇਖਿਆ ਵਿੱਚ ਵੀ ਸਿਸਟਮ ਕੀ ਪ੍ਰਬੰਧ ਕੀ ਆ ਉਹਨਾਂ ਦਾ ਮੱਥਾ ਠਣਕਿਆ ਉਹਨਾਂ ਨੇ ਅਖੇ ਵੀ ਤਲਾਸ਼ੀ ਲੈਣੀ ਹੈ ਜੀ ਉਹਨਾਂ ਨੇ ਪੁੱਛਿਆ ਵੀ ਭਾਈ ਕਿਵੇਂ ਆ ਉਹ ਕਹਿੰਦੇ ਕਿ ਮਰੀਜ਼ ਆਏ ਨੂੰ ਇੱਕ ਤੋਂ ਦੂਜੀ ਥਾਂ ਤੱਕ ਲੈ ਕੇ ਜਾ ਰਹੇ ਆ ਇਹਦੀ ਜਾਨ ਬਚਾਉਣ ਲਈ ਛੇਤੀ ਪਹੁੰਚਣਾ ਬਹੁਤ ਜ਼ਰੂਰੀ ਆ ਉਹਨਾਂ ਨੇ ਜਦੋਂ ਕੱਲੀ ਕੱਲੀ ਚੀਜ਼ ਦੀ ਪੜਤਾਲ ਕੀਤੀ ਚੈੱਕ ਕੀਤੀ ਤਾਂ ਜਿਹੜਾ ਮਰੀਜ਼ ਦਾ ਸਹਰਾਣਾ ਸੀਗਾ ਕਿਉਂਕਿ ਇੱਕ ਜਣਾ ਵਿੱਚ ਲੰਮਾ ਵੀ ਪਿਆ ਦੂਜੇ ਜਣਾ ਸਹਰਾਣੇ ਬੈਠਾ ਜਿਹੜਾ ਸਹਰਾਣਾ ਸੀਗਾ ਉਹਦੇ ਵਿੱਚੋਂ 8 ਕਿਲੋ ਫੀਮ ਨਿਕਲੇ ਓਹੋ ਇਹ ਦਾ ਮਤਲਬ ਇਹ ਆ ਵੀ ਆਉਂਦੇ ਸਮੇਂ ਦੇ ਵਿੱਚ ਐਂਬੂਲੈਂਸਾਂ ਦੇ ਉੱਤੇ ਵੀ ਯਕੀਨ ਨਾ ਕਰ ਗਏ ਜੀ ਵੀ ਭਾਈ ਇਹਨਾਂ ਦੇ ਰਾਹੀਂ ਹਥਿਆਰ ਜਾਂ ਨਸ਼ੇ ਪਤਾ ਨਹੀਂ ਕਿੱਥੋਂ ਤੱਕ ਕਿੱਥੇ ਲੈ ਜਾਣੇ ਆ ਮਤਲਬ ਤਸਕਰਾਂ ਨਹੀਂ ਮਾੜੇ ਅਨਸਰਾਂ ਨਹੀਂ ਰੁਪਈਏ ਕਮਾਉਣ ਦੀ ਖਾਤਰ ਆਕਰਤੂਤਾ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ। ਜੀ ਤੁਸੀਂ ਦੇਖੋ ਟਾਣਾ ਸਾਹਿਬ ਵੀ ਹੁਣ ਜੇਕਰ ਹਰੇਕ ਐਂਬੂਲੈਂਸ ਨੂੰ ਰੋਕ-ਰੋਕ ਕੇ ਚੈੱਕ ਕਰਨ ਲੱਗੇ ਤਾਂ ਕਿਸੇ ਦੀ ਜ਼ਿੰਦਗੀ ਵੀ ਜਾ ਸਕਦੀ ਹੈ ਹੈਨਾ ਤੇ ਜੇ ਨਹੀਂ ਚੈੱਕ ਕਰਨਗੇ ਤਾਂ ਇਦਾਂ ਤਸਕਰੀ ਅੱਗੇ ਵੱਧਦੀ ਹੀ ਰਹੂਗੀ। ਸੋ ਘੱਟੋ ਘੱਟ ਐਂਬੂਲੈਂਸਾਂ ਤਾਂ ਛੱਡ ਦਿਓ ਜਿਹਦੇ 'ਚ ਕਿਸੇ ਦੀ ਜਾਨ ਦੀ ਇੱਕ ਬਹੁਤ ਵੱਡੀ ਤੁਸੀਂ ਦੇਖੋ ਵੀ ਜਾਨ ਨਾਲ ਖੇਡ ਰਹੇ ਹੋ ਕਿਸੇ ਦੀ ਨਾਲ ਕਿਉਂਕਿ ਜਦੋਂ ਕੋਈ ਵੀ ਮਰੀਜ਼ ਇੱਕ ਤੋਂ ਦੂਜੀ ਥਾਂ ਤੇ ਜਾਂਦਾ ਉਹਨੂੰ ਐਂਬੂਲੈਂਸ 'ਚ ਭੇਜਦੇ ਤਾਂ ਵੀ ਉਹ ਛੇਤੀ ਤੋਂ ਪਹਿਲਾਂ ਉੱਥੇ ਪਹੁੰਚ ਜੇ ਤਾਂ ਜੋ ਉਹ ਬਚ ਸਕੇ। ਤੇ ਜੇ ਉਹਦੇ 'ਚ ਹੀ ਤਸ ਕੋਈ ਸਹੀ ਗੱਲ ਹੈ ਤੇ ਪੁਲਿਸ ਨੂੰ ਚਾਹੀਦਾ ਜੀ ਕਿ ਇਹੋ ਜਿਹੜੇ ਕਰਤੂਤਾ ਕਰਨ ਵਾਲੇ ਉਹ ਪੁੱਠੇ ਟੰਗੇ ਜਾਣ ਜੀ ਤੇ ਇਹੋ ਜੇ ਬੰਦੇ ਜਿਹੜੇ ਉਹਨਾਂ ਨੂੰ ਇੱਕ ਇਹੋ ਜੀ ਨਸੀਹਤ ਮਿਲੇ ਵੀ ਭਵਿੱਖ ਦੇ ਵਿੱਚ ਇਹ ਕੰਮ ਕਰਨਾ ਹੀ ਨਹੀਂ ਤੇ ਯਾਰ ਐਂਬੂਲੈਂਸ ਨੂੰ ਤਾਂ ਕਦੇ ਬਦਨਾਮ ਨਹੀਂ ਕਰਨਾ ਚਾਹੀਦਾ ਮੈਨੂੰ ਯਾਦ ਆ ਜਿਹੜੇ ਵੀ ਬੰਦੇ ਦੇ ਨਾਲ ਬੀਤਿਆ ਹੁੰਦਾ ਨਾ ਉਹਨੂੰ ਪਤਾ ਹੁੰਦਾ ਵੀ ਐਂਬੂਲੈਂਸ ਨਿਕਲਦੀ ਜਦੋਂ ਕੋਲ ਦੀ ਲੰਘਦੀ ਆ ਤਾਂ ਮਨ ਦੇ ਵਿੱਚ ਕੀ ਬੀਤਦਾ ਮੈਂ ਆਪਦੇ ਪਿਤਾ ਜੀ ਵਾਲੀ ਗੱਲ ਚੇਤੇ ਕਰਦਾ ਹੁੰਨਾ ਵੀ ਅਸੀਂ ਉਹਨਾਂ ਨੂੰ ਲੈ ਕੇ ਤੇ ਲੁਧਿਆਣੇ ਡੀ ਐਮ ਸੀ ਵਾਲੇ ਜਾ ਰਹੇ ਹਾਂ ਤੇ ਰਾਹ ਦੇ ਵਿੱਚ ਲੁਧਿਆਣੇ ਤੋਂ ਪਹਿਲਾਂ ਜਾਮ ਬਹੁਤ ਲੱਗਾ ਐਂਬੂਲੈਂਸ ਦੇ ਵੱਲੋਂ ਸਾਇਰਨ ਤੇ ਸਾਇਰਨ বাজਾਇਆ ਜਾ ਰਿਹਾ ਲਗਾਤਾਰ ਸਾਇਰਨ ਵੱਜ ਰਿਹਾ ਪਰ ਮੁਰੋਂ ਲੋਕ ਹਟਦੇ ਹੀ ਨਹੀਂ ਮੈਂ ਉੱਤਰ ਕੇ ਲੋਕਾਂ ਨੇ ਮੁਰੇ ਹੱਥ ਜੋੜਨੇ ਸ਼ੁਰੂ ਕਰਤੇ ਵੀ ਰੱਬ ਦਾ ਵਾਸਤਾ ਮੇਰੇ ਡੈਡੀ ਦੀ ਜਾਨ ਬਚ ਜੂਗੀ ਲਈ ਨਹੀਂ ਲੋਕ ਨਹੀਂ ਲੋਕ ਨਹੀਂ ਸਮਝਦੇ ਟਣਾ ਸਭਰ ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਇਹ ਹੈ ਕਿ ਇੱਥੇ ਬਹਿ ਕੇ ਸਮਝਾਉਣਾ ਪੈ ਰਿਹਾ ਕਿ ਤੁਸੀਂ ਹਿਲ ਜਾ ਕਰੋ ਤੁਸੀਂ ਕਿਸੇ ਦੀ ਜਾਨ ਦੀ ਕੀਮਤ ਸਮਝਾ ਕਰੋ ਤੁਹਾਡੀਆਂ ਇਹ ਜ਼ਿੰਮੇਵਾਰੀਆਂ ਵੀ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਦਾ ਰਾਹ ਤੱਕ ਕਦੇ ਵੀ ਨਾ ਰੋਕੋ ਕਿਉਂਕਿ ਕਿਸੇ ਦੀ ਜਾਨ ਦਾ ਸਵਾਲ ਹੁੰਦਾ ਹੈ ਅਸੀਂ ਉਹਨੂੰ ਸਮਝੀਏ ਗੱਲ ਹੋਈ ਹੈ ਨਾ ਵੀ ਜਦੋਂ ਆਪਣੇ ਤੇ ਬੀਤਦੀ ਹੈ ਉਦੋਂ ਪਤਾ ਲੱਗਦਾ ਹੈ ਵੀ ਕੀ ਹੋ ਰਿਹਾ ਕਿ ਨਹੀਂ ਨਹੀਂ ਤਾਂ ਲੋਕ ਨਹੀਂ ਸਮਝਦੇ ਬਿਲਕੁਲ ਸਹੀ ਗੱਲ ਹੈ ਲੋ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਹਰਮਨਜੀ ਜਲਿਆਂ ਵਾਲਾ ਬਾਗ ਆ ਜਿਹੜਾ ਹਾਂਜੀ ਜਿਹੜਾ ਕਿ ਕੁਝ ਸਮਾਂ ਪਹਿਲਾਂ ਨਵੀਨੀਕਰਨ ਕੀਤਾ ਗਿਆ ਤੇ ਨਵੀਨੀਕਰਨ ਦੇ ਉੱਤੇ 100 ਸਵਾਲ ਵੀ ਉੱਠੇ ਤੇ ਉੱਠਣੇ ਵਾਜਬ ਵੀ ਸੀ ਗੈਰਵਾਜਬ ਨਹੀਂ ਬਿਲਕੁਲ ਉੱਥੇ ਪਤਾ ਲੱਗਾ ਵੀ ਲੋਕਾਂ ਨੇ ਪੈਸੇ ਬੜੇ ਛੁੱਟਣੇ ਸ਼ੁਰੂ ਕਰਤੇ ਖੂਹ ਦੇ ਵਿੱਚ ਜਿਹੜਾ ਸ਼ਹੀਦੀ ਖੂਹ ਆ ਕਿਉਂਕਿ ਸਾਡੇ ਕੋਲੇ ਕਿਹੜਾ ਕੋਈ ਤਰਕ ਆ ਜਾਂ ਸਾਡੇ ਲੋਕਾਂ ਦੇ ਕੋਲੇ ਕੋਈ ਤਹਜ਼ੀਬ ਆ ਇਸ ਗੱਲ ਦੀ ਜਾਂ ਅਸੀਂ ਇਹ ਗੱਲ ਕਹ ਕੇ ਵੀ ਭਾਈ ਸ਼ਹੀਦਾਂ ਨੂੰ ਅਸਲ ਸ਼ਰਧਾਂਜਲੀ ਕਿਵੇਂ ਭੇਟ ਕਰਨੀ ਆ ਅਸੀਂ ਤਾਂ ਜਿੱਥੇ ਜੀ ਕਰਦਾ ਐਂ ਛੁੱਟ ਕੇ 5 ਰੁਪਏ ਐ ਸੁੱਟ ਕੇ 10 ਰੁਪਏ ਐ ਸੁੱਟ ਕੇ 1 ਰੁਪਇਆ ਐ ਕਰ ਦੇਣਾ ਉਹਦਾ ਕੋਈ ਅਰਥ ਹੈ ਨਹੀਂ ਹੈ ਮਨ ਦੇ ਵਿੱਚ ਕਿੰਨਾ ਕੁ ਸਤਕਾਰ ਹੈ ਸਾਡੀ ਭਾਵਨਾ ਕੀ ਹੈ ਇਹਦੇ ਲਈ ਥੋੜੀ ਆ ਸਾਡੀ ਤਾਂ ਜ਼ਿੰਮੇਵਾਰੀ ਇਹ ਆ ਵੀ ਰੁਪਇਆ ਕੱਢੋ ਜੇਬ ਦੇ ਵਿੱਚੋਂ ਆਮਾਰਾ ਚਲਾ ਕੇ ਹੂੰ 5 ਰੁਪਏ ਕੱਢੋ ਆਮਾਰੇ ਚਲਾ ਕੇ ਤੇ ਐ ਕਰ ਦਿਓ ਤੇ ਅੱਗੇ ਫਿਰ ਗੱਲ ਲੱਗ ਜਾਓ ਹੋਰ ਗੱਲੀਆਂ ਪੈ ਜਾਓ ਹੋਰ ਸੋ ਜਲਿਆਂ ਵਾਲੇ ਬਾਗ ਦੇ ਵਿੱਚ ਵੀ ਲਗਾਤਾਰ ਉਸ ਖੂਹ ਦੇ ਵਿੱਚ ਲੋਕ ਸ਼ਰਧਾਂਜਲੀ ਦੇਣ ਦੇ ਰੂਪ ਦੇ ਵਿੱਚ ਰਪਈਏ ਸੁੱਟ ਰਹੇ ਆ ਲੋਕ ਸਿੱਕੇ ਸੁੱਟ ਰਹੇ ਆ ਜਿਹਦੇ ਕਰਕੇ ਇਸ ਖੂਹ ਦਾ ਉੱਪਰਲਾ ਹਿੱਸਾ ਜਿਹੜਾ ਕਿ 2 ਫੁੱਟ ਖੁੱਲਾ ਰਹਿ ਗਿਆ ਸੀ ਉਹਨੂੰ ਵੀ ਹੁਣ ਬੰਦ ਕਰਨ ਦੀ ਗੱਲ ਸਾਹਮਣੇ ਆਈ ਆ ਕਿਉਂਕਿ ਇਧੀਆਂ ਕੰਧਾਂ ਤਾਂ ਉੱਚੀਆਂ ਕਰ ਦਿੱਤੀਆਂ ਸੀ ਇਹਦੇ ਵਿੱਚ ਸ਼ੀਸ਼ੇ ਦੀਆਂ ਤਾਕੀਆਂ ਵੀ ਲਾਤੀਆਂ ਸੀ ਪਰ ਜਿਹੜਾ ਮੋਰਾ ਰਹਿ ਗਿਆ ਸੀ ਉਹਨੂੰ ਵੀ ਹੁਣ ਬੰਦ ਕਰਨ ਦੀ ਗੱਲ ਆਈ ਆ ਲੋਕਾਂ ਨੇ ਇਹਦੇ ਵਿੱਚ ਇੰਨੇ ਕ ਪੈਸੇ ਸੁੱਟਣੇ ਸ਼ੁਰੂ ਕਰਤੇ ਵੀ ਲੋਕ ਜਾਂਦੇ ਆ ਸ਼ਰਧਾਂਜਲੀ ਭੇਟ ਹੋਗੀ ਆਹ 5 ਰੁਪਏ ਸੁੱਟ ਤੇ 5 ਰੁਪਏ ਸੁੱਟਣ ਨਾਲ 50 ਰੁਪਏ ਸੁੱਟਣ ਨਾਲ 1000 ਰੁਪਏ ਸੁੱਟਣ ਨਾਲ 2 ਰੁਪਏ ਸੁੱਟਣ ਦੇ ਨਾਲ ਕਿਸੇ ਨੂੰ ਕੋਈ ਸ਼ਰਧਾਂਜਲੀ ਨਹੀਂ ਭੇਟ ਹੁੰਦੀ ਇਹ ਗੱਲ ਦਿਮਾਗ ਦੇ ਵਿੱਚੋਂ ਕੱਢ ਦਿਓ ਵੀ ਭਾਈ ਇਹ ਸ਼ਰਧਾ ਦਾ ਨਮੂਨਾ ਇਹ ਕੋਈ ਸ਼ਰਧਾਂਜਲੀ ਦਾ ਰੂਪ ਆ ਯਾਰ ਤੁਹਾਡੇ ਮਨ ਦੇ ਵਿੱਚ ਸਤਕਾਰ ਹੋਣਾ ਚਾਹੀਦਾ ਹੋਰ ਤਰੀਕੇ ਦਾ ਤੁਸੀਂ ਆਪਦੇ ਨਿਆਣਿਆਂ ਨੂੰ ਤੁਸੀਂ ਪਿੰਡ ਦੇ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਕਿਸੇ ਹੋਰ ਬੱਚੇ ਨੂੰ ਜਾਣਕਾਰੀ ਦਿਓ ਜਿਕੇ ਇੱਥੇ ਆਹ ਕੁਝ ਹੋਇਆ ਆਪ ਵੀ ਇਸ ਗੱਲ ਨੂੰ ਚੇਤੇ ਦੇ ਵਿੱਚ ਵਸਾ ਕੇ ਰੱਖੋ ਇਹ ਕੋਈ ਸ਼ਰਧਾਂਜਲੀ ਦੀ ਵੀ ਰਪਈਆ ਛੋਟੇ ਤੇ ਗੱਲ ਖਤਮ ਹੋ ਗਈ ਟਾਣਾ ਸਾਹਿਬ ਗੱਲਾਂ ਨਾ ਕੁਝ ਇੱਕ ਕਹਿਣ ਨੂੰ ਜੀ ਬਹੁਤ ਕਰਦਾ ਪਰ ਉਹ ਗੱਲਾਂ ਕੌੜੀਆਂ ਹੁੰਦੀਆਂ ਨੇ ਹਰ ਇੱਕ ਨੂੰ ਚੰਗੀਆਂ ਨਹੀਂ ਲੱਗਦੀਆਂ ਗੱਲ ਇਹ ਹੈ ਅਸੀਂ ਉਹ ਲੋਕਾਂ ਜਿਹੜੇ ਬਹੁਤੀ ਵਾਰ ਕਿਸੇ ਜ਼ਰੂਰਤਮੰਦ ਨੂੰ ਜਦੋਂ ਲੋੜ ਪੈਂਦੀ ਹੈ ਨਾ ਤਾਂ ਅਸੀਂ ਉਹ ਤੋਂ ਮੂੰਹ ਫੇਰ ਲੈਂਦੇ ਆ ਵੀ ਇਹਨਾਂ ਪੈਸੇ ਨਹੀਂ ਦੇਣੇ ਖੱਡ ਪਰਾਂ ਡਰਾਮੇ ਕਰਦਾ ਹੋਣਾ ਫਲਾਣ ਹੈ ਢੀਂਗਾ ਅਸੀਂ ਇਹ ਗੱਲਾਂ ਸੋਚਦੇ ਆਂ ਕਿਸੇ ਗਰੀਬ ਦਾ ਬੱਚਾ ਪੜਾਉਣ ਵਾਲਾ ਹੋਵੇ ਨਾ ਉਦੋਂ ਸਾਡੀ ਜੇਬ ਚੋਂ ਪੈਸੇ ਨਹੀਂ ਨਿਕਲਦੇ ਕਿਸੇ ਗਰੀਬ ਦੀ ਧੀ ਵਿਆਹ ਨਹੀਂ ਹੋਵੇ ਉਦੋਂ ਵੀ ਸਾਨੂੰ ਡਰਾਮੇਬਾਜ਼ੀ ਲੱਗਦੀ ਹੁੰਦੀ ਹੈ ਅਸੀਂ ਉਦੋਂ ਬਹੁਤੀ ਵਾਰ ਪੈਸੇ ਨਹੀਂ ਕੱਢਦੇ ਗੱਲ ਇਹ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਸ਼ਰਧਾਂਜਲੀ ਦੇਣੀ ਹੀ ਹੈ ਉਦੋਂ ਬਾਰੇ ਚ ਆਪਣੇ ਮਨ ਚ ਧਿਆ ਕੇ ਤੁਸੀਂ ਕਿਸੇ ਗਰੀਬ ਦੀ ਮਦਦ ਕਰ ਦਿਓ ਤਾਂ ਮੈਨੂੰ ਲੱਗਦਾ ਉਹ ਜ਼ਿਆਦਾ ਵਧੀਆ ਹੋਗਾ ਪਰ ਅਸੀਂ ਨਹੀਂ ਸੋਚਦੇ ਇੱਕ ਦੇ ਮਗਰ ਇੱਕ ਇੱਕ ਦੇ ਮਗਰ ਇੱਕ ਲੱਗੇ ਹੋਏ ਆਂ ਔਰ ਤੁਹਾਨੂੰ ਪਤਾ ਹੈ ਕਿ ਹੁਣ ਅੰਕੜੇ ਸਾਹਮਣੇ ਆਏ ਨੇ ਜਿਹੜੇ ਇਹ ਦੱਸਦੇ ਅਗਸਤ 2021 ਉਸ ਤੋਂ ਲੈ ਕੇ ਹੁਣ ਤੱਕ 8 ਲੱਖ ਰੁਪਏ ਟਰਸਟ ਚ ਜਮਾ ਹੋਏ ਨੇ ਬਿਲਕੁਲ ਜੀ ਟਰਸਟ ਦੇ ਵਿੱਚ ਹੋਰ ਪੈਸੇ ਜਮਾ ਹੋਏ ਆ ਜਲਿਆਂਵਾਲਾ ਬਾਗ ਟਰਸਟ ਦੇ ਵਿੱਚ ਜਿਹੜੇ ਕਿ ਇਸ ਸ਼ਹੀਦੀ ਖੂਹ ਦੇ ਵਿੱਚ ਲੋਕਾਂ ਨੇ ਸੁੱਟੇ ਆ ਜੀ ਬਿਲਕੁਲ ਮਤਲਬ ਇਹ ਵੀ ਪਿਛਲੇ ਕੁਝ ਕੇ ਸਮੇਂ ਦੇ ਵਿੱਚ ਕੁਝ ਕੁ ਮਹੀਨਾ ਦੇ ਵਿੱਚ 8 ਲੱਖ ਰੁਪਏ ਇਸ ਖੂਹ ਦੇ ਵਿੱਚੋਂ ਕੱਢਿਆ ਗਿਆ ਜੀ ਯਾਰ ਜੇਕਰ ਇਹੀ 8 ਲੱਖ ਰੁਪਏ ਤੁਸੀਂ ਕਿਤੇ ਹੋਰ ਖਰਚ ਕਰੋ ਤਾ ਕਿੰਨਾ ਚੰਗਾ ਹੋਵੇ ਜੀ ਬਿਲਕੁਲ ਜਾਂ ਜਿਹੜੇ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦੇ ਪੀੜਤ ਪਰਿਵਾਰ ਆ ਉਹਨਾਂ ਦੀ ਮਦਦ ਵਾਸਤੇ ਅੱਗੇ ਆ ਜਿਹੜਾ ਚਾਹੀਦਾ ਪਰ ਲੋਕਾਂ ਨੇ ਤਾਂ ਸੋਚ ਹੀ ਹੈ ਨਹੀਂ ਬਿਲਕੁਲ ਨਹੀਂ ਹੈਗੀ ਲੋਕ ਤਾਂ ਮੈਂ ਕਦੇ-ਕਦੇ ਸੋਚਦਾ ਹੁੰਦਾ ਵੀ ਜਲਿਆਂਵਾਲੇ ਬਾਗ ਦੇ ਵਿੱਚ ਵੀ ਨਾ ਘੁੰਮਣ ਫਿਰਨ ਤੇ ਫੋਟੋਆਂ ਖਿਚਵਾਉਣ ਜਾਂਦੇ ਆ ਉੱਥੇ ਮੁੰਡੇ ਕੁੜੀਆਂ ਵੀ ਫਿਰਦੇ ਆ ਚਲੋ ਜਾਵੇ ਜੋ ਮਰਜ਼ੀ ਜਾਵੇ ਪਰ ਯਾਰ ਜਦੋਂ ਉੱਥੇ ਗਏ ਆ ਤੇ ਮਾੜਾ ਜਾ ਫੋਨ ਦੇ ਉੱਤੇ ਚੁੱਪ ਦਾ ਦਾਨ ਬਖਸ਼ ਲੋ ਇੰਨਾਕ ਤਾਂ ਸੋਚੋ ਵੀ ਭਾਈ ਅਸੀਂ ਕਿਹੜੀ ਥਾਂ ਤੇ ਆਏ ਆ ਵੀ ਉੱਥੇ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਚੱਲਦੇ ਆ ਕੋਈ ਇੱਕ ਦਿਨ ਸੀ ਜਦੋਂ ਇੱਥੇ ਖੂਦ ਦੇ ਵਿੱਚ ਛਾਲਾ ਮਾਰੀਆਂ ਲੋਕਾਂ ਨੇ ਇੱਕ ਦਿਨ ਸੀ ਜਦੋਂ ਇੱਥੇ ਗੇਟ ਦੇ ਉੱਤੇ ਗੋਲੀਆਂ ਅੰਨੇ ਵਾਰ ਚੱਲਣੀਆਂ ਸ਼ੁਰੂ ਹੋਈਆਂ ਇੱਕ ਦਿਨ ਸੀ ਜਦੋਂ ਬੇਕਸੂਰ ਲੋਕਾਂ ਦੇ ਨਾਲ ਇਹ ਧਰਤੀ ਲਾਲ ਹੋ ਗਈ ਸੀ ਤੇ ਆਪਾਂ ਜਾਣੇ ਵੀ ਐ ਸੈਲਫੀ ਕਰ ਲਈ ਆਪਾਂ ਜਾਣੇ ਉੱਥੇ ਫੋਟੋ ਖਿਚਾ ਲਈ ਇੱਥੇ ਬਹਿ ਗਏ ਹੜੜੜ ਇੱਥੇ ਕਰੀ ਜਾਂਦੇ ਆ ਉੱਥੇ ਕਰੀ ਜਾਂਦੇ ਯਾਰ ਮਾੜਾ ਮੋਟਾ ਤੇਹਜ਼ੀਬ ਹੋਣੀ ਚਾਹੀਦੀ ਆ ਜਿਨ੍ਹਾਂ ਨੂੰ ਅੱਜ ਤੱਕ ਇਹ ਨਹੀਂ ਸਮਝ ਆਈ ਟਾਣਾ ਸਾਹਿਬ ਕਿ ਰੀਲ ਕਿੱਥੇ ਬਣਾਉਣੀ ਆ ਕਿਹੜੀ ਗੱਲ ਕਿੱਥੇ ਕਹਿਣੀ ਆ ਕਿੱਥੇ ਜਾ ਕੇ ਕਿਵੇਂ ਵਤੀਰਾ ਕਰਨਾ ਹੈ ਕਿੱਥੇ ਜਾ ਕੇ ਕਿਹੜੀ ਚੀਜ਼ ਜ਼ਹਿਨ ਦੇ ਵਿੱਚ ਰੱਖਣੀ ਚਾਹੀਦੀ ਹੈ ਤੇ ਕਿਹੜੀ ਨਹੀਂ ਉਹਨਾਂ ਲੋਕਾਂ ਤੋਂ ਤੁਸੀਂ ਕੀ ਆਸ ਕਰਦੇ ਹੋ ਹੋ ਸਕਦਾ ਅਸੀਂ ਤੁਸੀਂ ਵੀ ਇਦਾਂ ਦੇ ਵਿੱਚੋਂ ਇੱਕ ਹੀ ਹੋਈਏ ਦਰਬਾਰ ਸਾਹਿਬ ਦੇ ਵਿੱਚੋਂ ਆਏ ਦਿਨ ਕੋਈ ਨਾ ਕੋਈ ਵੀਡੀਓ ਪਹਿਲਾਂ ਸਾਹਮਣੇ ਆਉਂਦੀ ਸੀ ਰੀਲਾਂ ਬਣਨ ਲੱਗ ਜਦਿਆਂ ਰੀਲਾਂ ਪ੍ਰਕਰਮਾਂ ਦੇ ਵਿੱਚ ਖੜਕੇ ਤਾਂ ਮੁੰਡੇ ਕੋਲ ਰੀਲਾਂ ਬਣਾਉਣ ਲੱਗ ਜਾਂਦੇ ਤੇ ਕੀ ਉਹ ਜਗਾ ਰੀਲਾਂ ਬਣਾਉਣ ਦੇ ਲਈ ਸੀ ਸਾਨੂੰ ਇੰਨੀ ਵੀ ਸੋਝੀ ਹੈ ਨਹੀਂ ਵੀ ਧਾਰਮਿਕ ਸਥਾਨ ਦੇ ਉੱਪਰ ਜਾ ਕੇ ਅਸੀਂ ਕੀ ਕੀ ਹਰਕਤਾਂ ਕਰਦੇ ਆ ਉਸ ਤੋਂ ਬਾਅਦ ਦੂਜੀ ਗੱਲ ਇਹ ਹੈ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇਕਰ ਅਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਗਏ ਆ ਜੇਕਰ ਕਿਸੇ ਵੀ ਇਤਿਹਾਸਕ ਥਾਂ ਤੇ ਗਏ ਆ ਉੱਥੇ ਜਾ ਕੇ ਘੱਟੋ ਘਾਟ ਆਪਣੇ ਬੱਚਿਆਂ ਨੂੰ ਆਪਣੇ ਨਾਲ ਆਏ ਹੋਏ ਲੋਕਾਂ ਨੂੰ ਉਸ ਥਾਂ ਦੀ ਮਹੱਤਤਾ ਬਾਰੇ ਸਤਾ ਦੱਸਿਆ ਕਰੀਏ ਵੀ ਇਹ ਇਤਿਹਾਸਕ ਥਾਂ ਦੇ ਪਿੱਛੇ ਕੀ ਇਤਿਹਾਸ ਹੈ ਇੱਥੇ ਕੀ ਹੋਇਆ ਸੀ ਕਿੰਨੀ ਤਰੀਕ ਨੂੰ ਹੋਇਆ ਸੀ ਜਾਂ ਇਹ ਗੁਰਦੁਆਰਾ ਸਾਹਿਬਾਂ ਦੀਆਂ ਧਾਰਮਿਕ ਸਥਾਨ ਦੀ ਇਹਦਾ ਕੀ ਇਤਿਹਾਸ ਹੈ ਘੱਟੋ ਘੱਟ ਉਤੋਂ ਤੋਂ ਜਾਣੂ ਕਰੇ ਕਿ ਸਾਡੇ ਕੋਲ ਸਮਾਂ ਹੀ ਹੈ ਨਹੀਂ ਅਸੀਂ ਹੋਰ ਹੀ ਕੰਮਾਂ 'ਚ ਲੱਗੇ ਹੋਏ ਹਾਂ ਜਾਣੇ ਆ ਮੱਥਾ ਟੇਕੋ ਬਾਹਰ ਆ ਜਾਓ ਨੇਰੀ ਆਈ ਰਹੀ ਭੱਜੇ ਜਾਣੇ ਆ ਭੱਜ ਕੇ ਬਾਹਰ ਨਿਕਲੇ ਹੋਣੇ ਆ ਜੀ ਵੀ ਠਹਿਰਾ ਹੈ ਹੀ ਨਹੀਂ ਨਹੀਂ ਠਹਿਮਾ ਹੈ ਹੀ ਨਹੀਂ ਹੂੰ ਉਹ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਪ੍ਰਾਈਮੇਅਰ ਸ਼ਾਹ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚ ਆਇਦਾ ਵਿਚਾਰ ਵੇਖ ਰਹੇ ਹੋ ਤੁਸੀਂ ਮੈਂ ਹਰਮਨ ਥੈਂਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਹੁਣ ਅਗਲੀਆ ਖਬਰਾਂ ਵਾਲੀ ਦੀ ਟੈਣਾ ਸਾਹਿਬ ਹੁਣ ਆਪਾਂ ਗੱਲ ਕਰਨੀ ਹੈ ਸਨੀ ਦਿਓਲ ਦੀ ਕਾਤੀਆ ਮਾੜਾ ਲੂੰਗਾ ਪੇਡਾ ਲੂੰਗਾ ਉਖਾੜ ਡਾਲੂੰਗਾ ਬਸ ਬਸ ਇਹ ਹਾਸ ਮੈਂ ਉਖਾੜ ਡਾਲੂੰਗਾ ਬਿਲਕੁਲ ਪਾਪਾ ਤੈਨੂੰ ਕੋ ਟੋਕਾ ਛੋੜਦਾ ਨਹੀਂ ਪਾਪਾ ਹੈਲੋ ਉਹ ਇਹ ਨਹੀਂ ਸੀ ਡਾਇਲੌਗ ਹਾਂ ਮੇਰੀ ਮਰਜ਼ੀ ਬਸੰਤੀ ਵਾਲਾ ਲੱਗ ਪਾਪਾ ਤੇ ਬੋਲਦਾ ਬਸੰਤੀ ਵਾਲਾ ਆ ਗਿਆ ਚਲੋ ਉਹਦੇ ਪਾਪੇ ਨਹੀਂ ਆ ਗੱਲ ਇਹ ਟੈਣਾ ਸਾਹਿਬ ਜਿਹਨੂੰ ਲੋਕਾਂ ਨੇ ਚਾਚਾ ਚ ਵੋਟਾਂ ਪਾਈਆਂ ਜਿਹਨੂੰ ਲੋਕਾਂ ਨੇ ਚਾਚਾ ਚ ਜਿਤਾ ਕੇ ਅੱਗੇ ਤੋਰਿਆ ਉਹ ਆਪ ਵੋਟ ਹੀ ਨਹੀਂ ਪਾਉਂਦਾ ਤੇ ਉਹ ਬਿਮਾਰ ਆ ਅੱਛਾ ਲਾ ਕੀ ਹੋਇਆ ਅਮਰੀਕਾ ਲੈ ਕੇ ਗਏ ਆ ਕੀ ਗੱਲ ਕੀ ਬਣੀ ਸੁਨੀ ਦੇਵਲ ਹੋਰਾਂਡੀ ਨਾ ਕੋਈ ਸਿਹਤ ਦੇ ਵਿੱਚ ਸਮੱਸਿਆ ਅੱਛਾ ਜੀ ਕੋਈ ਪਿੱਠ ਦੇ ਦਰਦ ਦੀ ਸਮੱਸਿਆ ਅੱਛਾ ਜੀ ਪਹਿਲਾਂ ਤਾਂ ਇੱਥੇ ਇਲਾਜ ਕਰਵਾਇਆ ਤੇ ਹੁਣ ਉਹ ਬਾਹਰਲੇ ਮੁਲਕ ਚ ਗਿਆ 2 2.5 ਹਫਤੇ ਮੇਰਾ ਖਿਆਲ ਉੱਥੇ ਲੱਗਣੇ ਆ ਉਧਰੋਂ ਅਚਾਨਕ ਆ ਗਈਆਂ ਇਦਰਚੋਣਾ ਰਾਸ਼ਟਰਪਤੀ ਵਾਲੀਆਂ ਜੀ ਤੇ ਉਹਨਾਂ ਨੇ ਫਿਰ ਵੋਟ ਕਿੱਥੇ ਪਾਉਣੀ ਸੀ ਇਹ ਕਿਹੜਾ ਵੀਡੀਓ ਕਾਨਫਰੰਸ ਤੇ ਪੈਂਦੀ ਹੈ ਪਰ ਇਹ ਤਾਂ ਮੁੱਦਾ ਹੀ ਬਹੁਤ ਵੱਡਾ ਬਣਿਆ ਹੋਇਆ ਹੈ ਮੁੱਦਾ ਬਣਿਆ ਹੋਇਆ ਪਰ ਸੰਨੀ ਦੇ ਹੌਲੀ ਚਲੋ ਇੱਥੇ ਤਾਂ ਆਉਂਦੇ ਨਹੀਂ ਕਿ ਆਪਦੇ ਖੇਤਰ ਦੇ ਵਿੱਚ ਉਹ ਕਹਿੰਦੇ ਵੀ ਆਪਣੇ ਕੋਲੇ ਨਾ ਟਾਈਮ ਕਿੱਥੇ ਹੁੰਦਾ ਚਾਰ ਫਿਲਮਾਂ ਵੀ ਤਿਆਰ ਹੋਣੀਆਂ ਪਈਆਂ ਨਾ ਉਹ ਕਹਿੰਦੇ ਵੀ ਗਦਰ 2 ਵੀ ਬਣ ਗਈ ਲਗਭਗ ਉਦੋਂ ਆਪਣੇ 2 ਆ ਜਿਹੜੀ ਉਹ ਵੀ ਤਿਆਰ ਹੋ ਗਈ ਆ ਲਗਭਗ ਉਹਦੇ ਵਿੱਚ ਕਿ ਮੇਰੇ ਖਲ ਬਾਪ ਫਿਲਮਾਂ ਉਹਦੀ ਵੀ ਤਿਆਰੀ ਚੱਲ ਰਹੀ ਆ ਇਹ ਤਿੰਨ ਚਾਰ ਫਿਲਮਾਂ ਕਹਿੰਦੇ ਵੀ ਪਹਿਲਾਂ ਇਹ ਬਣਾ ਲੀਏ ਖੇਤਰ ਦਾ ਕੀ ਆ ਹਲਕੇ ਦਾ ਕੀ ਆ ਇਹ ਤਾਂ ਐ ਹੀ ਰਹਿਣੇ ਆ ਬਿਲਕੁਲ ਉਹ ਕਹਿੰਦੇ ਵੀ ਮੇਰੀ ਗਲਤੀ ਥੋੜੀ ਆ ਇਹ ਤਾਂ ਲੋਕਾਂ ਦੀ ਆ ਉਹਨਾਂ ਦੀ ਕੋਈ ਗਲਤੀ ਨਹੀਂ ਬਿਲਕੁਲ ਸਹੀ ਇਸ ਕਰਕੇ ਸਨੀ ਦੇੜ ਹੋ ਰਹੀ ਜਿਹੜੇ ਉਹ ਤਾਂ ਕਰਕੇ ਵੋਟ ਨਹੀਂ ਪਾ ਸਕੇ ਕਿਉਂਕਿ ਉਹਨਾਂ ਦੇ ਦਰਦ ਹੁੰਦੀ ਆ ਓਹੋ ਅੱਛਾ ਮੁੱਕਾ ਚ ਲੈ ਕੇ ਗਏ ਉਹਨਾਂ ਨੂੰ ਮੈਂ ਕਿਹਾ ਪਤਾ ਨਹੀਂ ਕੀ ਚੱਕਰ ਬਣ ਗਿਆ ਵੀ ਲੋਕਾਂ ਨੇ ਵੋਟਾਂ ਪਾਈਆਂ ਆਪ ਵੋਟ ਹੀ ਨਹੀਂ ਪਾਈ ਐ ਇਦਾਂ ਥੋੜੀ ਹੁੰਦਾ ਨਹੀਂ ਨਹੀਂ ਮਜਬੂਰੀ ਸੀ ਸਿਹਤ ਦੀ ਸਮੱਸਿਆ ਤਾਂ ਵਾਜਬ ਆ ਚਲੋ ਵੀ ਇਹ ਹੁਣ ਜੇ ਸਿਹਤ ਹੀ ਢਿੱਲੀ ਆ ਨਸਾਤ ਤਾਂ ਕੀ ਕਰੇ ਹਾਂ ਮੇਰੀ ਇੱਕ ਗੱਲ ਪਰ ਜ਼ਰੂਰ ਆ ਵੀ ਸਿਹਤ ਦੀ ਸਮੱਸਿਆ ਖਤਮ ਹੋਵੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਲੰਮੀ ਉਮਰ ਹੋਵੇ ਇਹਦੀ ਕਾਮਨਾ ਕਰਦੇ ਆ ਪਰ ਯਾਰੀ ਤਾਂ ਹੁਣ ਜੇ ਸ਼ੁਰੂ ਹੋਇਆ ਦਰਦ ਤਾਂ ਆਪਾਂ ਜਿੱਥੇ ਕਦੋਂਦੇ ਆ ਤੇ ਜੇ ਆਪਣੀ ਸਿਹਤ ਦੇ ਵਿੱਚ ਕੋਈ ਵੱਡਾ ਵਿਗਾੜ ਆ ਵੀ ਭਾਈ ਆਪਾਂ ਆ ਨਹੀਂ ਸਕਦੇ ਮਜਬੂਰੀ ਹੁੰਦੀ ਆ ਹੁਣ ਹੋ ਸਕਦਾ ਵੀ ਕੱਲ ਨੂੰ ਮੈਨੂੰ ਕੋਈ ਸਮੱਸਿਆ ਜਿਵੇਂ ਇੱਥੇ ਆ ਨਾ ਸਕਾਂ ਜੇਕਰ ਕੋਈ ਵੱਡਾ ਵਿਗਾੜ ਹੈ ਤਾਂ ਯਾਰ ਜਵਾਬ ਦੇ ਦਿਓ ਵੀ ਭਾਈ ਇੱਥੇ ਜ਼ਮਨੀ ਚੋਂੜ ਕਰਵਾ ਲਓ ਉਪਤਉਣ ਕਰਵਾ ਲਓ ਮੈਂ ਨਹੀਂ ਇੱਥੇ ਆ ਸਕਦਾ ਮੇਰੇ ਕੋਲ ਤਾਂ ਮਹੀਨੇ ਦੇ ਵਿੱਚੋਂ ਦੋ ਦਿਨ ਵੀ ਨਹੀਂ ਨਿਕਲਦੇ ਮੇਰੇ ਕੋਲ ਤਾਂ 6 ਮਹੀਨੇ ਦੇ ਵਿੱਚ ਦੋ ਹਫ਼ਤੇ ਨਹੀਂ ਨਿਕਲਦੇ ਆਪਾਂ ਬੈਠੇ ਵੀ ਆ ਕੁਰਸੀ ਤੇ ਆਪਣੇ ਤੋਂ ਹੱਲ ਵੀ ਨਹੀਂ ਕੁਝ ਹੁੰਦਾ ਆਪਾਂ ਹਲਕੇ ਚ ਵੀ ਨਹੀਂ ਆਉਂਦੇ ਲੋਕਾਂ ਨੂੰ ਕੋਈ ਡਾਇਲੋਗ ਡੂਲ ਵੀ ਨਹੀਂ ਸੁਣਾਉਂਦੇ ਗੇ ਆ ਕੇ ਮਾੜਾ ਬੁੱਟਾ ਤਾਂ ਕੁਛ ਕਰੋ ਕੋਈ ਕਹਿੰਦਾ ਢੱਡ ਭਰੋ ਕੋਈ ਡਾਇਲੋਗ ਸੁਣਾਓ ਕੋਈ ਕਾਤਕੇ ਕੁੱਤੇ ਮਾਰਨ ਵਾਲੀ ਗੱਲ ਦੱਸੋ ਆ ਕੇ ਡਾਇਲੋਗ ਸੁਣਾਣਾ ਢੱਡ ਭਰ ਜੂ ਅੱਗੇ ਲੋਕਾਂ ਨੇ ਆਹੀ ਭਰਿਆ ਸੀ ਢੱਡ ਆਹ ਇਹ ਵੀ ਗੱਲ ਸਹੀ ਜਦੋਂ ਲੋਕਾਂ ਨੇ ਵੋਟਾਂ ਪਾਈਆਂ ਸੈਲਫੀਆਂ ਉਦੋਂ ਡਾਇਲੋਗ ਸੁਣ ਸੁਣ ਕੇ ਪਾਈਆਂ ਉਦੋਂ ਕਿਹੜਾ ਵੀ ਕੰਮ ਕਰਕੇ ਵਿਖਾਇਆ ਸੀ ਉਹਨਾਂ ਨੇ ਇਹ ਵੀ ਗੱਲ ਸਹੀ ਹੈ ਟਾਣਾ ਸਾਹਿਬ ਬਸ ਫਿਰ ਹੁਣ ਵੀ ਉਹ ਕਿਹੜਾ ਮਤਲਬ ਕੰਮ ਕਰਕੇ ਦਿਖਾ ਰਿਹਾ ਡਾਇਲੋਗ ਛੇਤੀ ਆਪਣੀਆਂ ਨਵੀਆਂ ਫਿਲਮਾਂ ਸੁਣਾ ਦੇਣਗੇ ਬਿਲਕੁਲ ਸਹੀ ਗੱਲ ਆ ਵੀ ਮੇਰੀ ਬੇਨਤੀ ਸਿਰਫ ਇੰਨੀ ਆ ਵੀ ਕੋਈ ਵੀ ਨੇਤਾ ਉਹ ਬਿਮਾਰ ਹੋ ਗਿਆ ਕੋਈ ਵੀ ਨੇਤਾ ਉਹਦੇ ਕੋਲੇ ਰੁਝੇਵੇਂ ਵਧ ਗਏ ਉਹਦਾ ਕੰਮ ਕਾ ਚੱਲ ਪਿਆ ਬਹੁਤ ਵਧੀਆ ਗੱਲਾਂ ਦਾ ਕੰਮ ਕਾ ਚੱਲ ਪੇ ਪਰ ਜੇਕਰ ਤੁਹਾਡੇ ਕੋਲੇ ਸਮਾਂ ਹੈ ਨੀਗਾ ਆਪਦੇ ਹਲਕੇ ਦੇ ਵਾਸਤੇ ਤੇ ਭਾਈ ਤੁਸੀਂ ਜਵਾਬ ਦੇ ਦਿਓ ਸੁੱਖਿਆ ਥੋੜੀ ਵੀ ਆਪਾਂ ਮਗਰੋਂ ਨਹੀਂ ਜਾਣਾ ਬਿਲਕੁਲ ਸਹੀ ਗੱਲ ਤੱਕ ਬੜੀ ਕਲੀਅਰ ਸਾਫ ਗੱਲ ਕਲੀਅਰ ਸਾਫ ਹੈ ਪਰ ਕਿੰਨੇ ਕੁ ਵੇਖਿਆ ਤੁਸੀਂ ਜਿਹੜੇ ਅਸਤੀਫਾ ਦਿੰਦੇ ਹੁਣ ਹੁਣ ਤੱਕ ਪੱਤਰਕਾਰਤਾ ਵਿੱਚ ਤੁਸੀਂ ਲੰਮਾ ਸਮਾਂ ਜਿਹੜਾ ਵਿੱਚ ਰਹੇ ਹੋ ਤੁਸੀਂ ਦੱਸੋ ਵੀ ਕਿੰਨੇ ਕੁ ਲੋਕ ਤੁਸੀਂ ਵੇਖੇ ਜਿਹੜੇ ਇਹੋ ਜਿਹੋ ਬੰਦਾ ਲੱਭਿਆ ਨਹੀਂ ਜਿਹੜਾ ਕਹਿੰਦਾ ਹੋਵੇ ਮੇਥੋਂ ਕੰਮ ਨਹੀਂ ਹੁੰਦੇ ਤੇ ਮੈਂ ਉਹਦਾ ਛੱਡਿਆ ਜੀ ਬਸ ਉਹ ਜਿਹੜਾ ਬੰਦਾ ਹੈ ਨਾ ਉਹ ਚਿੰਬੜ ਹੀ ਜਾਂਦਾ ਕੁਰਸੀ ਨੂੰ ਮੈਂ ਤਾਂ ਸਿਰਫ ਉਲਾਂਬਾ ਦੇਣ ਵਾਲੇ ਨੇਤਾ ਹੀ ਦੇਖੇ ਆ ਜੀ ਇੱਥੇ ਪੰਜਾਬ ਦੇ ਵਿੱਚ 5-7 ਤਾਂ ਨੇਤਾ ਇਹੋ ਜਿਹੇ ਆ ਜਿਨ੍ਹਾਂ ਨੇ ਹਮੇਸ਼ਾ ਇਹ ਗੱਲ ਕਹੀ ਕਿ ਸਿਸਟਮ ਦੇ ਵਿੱਚ ਪ੍ਰੋਬਲਮ ਆ ਨਾ ਸਿਸਟਮ ਦੇ ਵਿੱਚ ਇੱਕ ਨੇਤਰੀ ਮੈਂ ਇੰਟਰਵਿਊ ਕੀਤੀ 10 ਸਾਲ ਪਹਿਲਾਂ ਉਦੋਂ ਉਹ ਵਿਰੋਧੀ ਪਾਰਟੀ ਦਾ ਨੇਤਾ ਸੀਗਾ ਉਹ ਕਹਿੰਦਾ ਸਿਸਟਮ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਜਿਸ ਦਿਨ ਸਿਸਟਮ ਦੇ ਵਿੱਚ ਉਹ ਪ੍ਰੋਬਲਮ ਨਿਕਲੀ ਨਾ ਉਸ ਦਿਨ ਹੱਲ ਹੋਣੇ ਆ ਇਹ ਸਿਸਟਮ ਦੇ ਵਿੱਚ ਪ੍ਰੋਬਲਮ ਹੈ ਜਿਹੜੀ ਇਹ ਵਰਤਮਾਨ ਜਿਹੜੀ ਸਰਕਾਰ ਆ ਇਹ ਖਤਮ ਨਹੀਂ ਕਰ ਰਹੀ ਫਿਰ ਉਹਨਾਂ ਦੀ ਆਪ ਦੀ ਸਰਕਾਰ ਆ ਗਈ ਮੈਂ ਫਿਰ ਇੰਟਰਵਿਊ ਕੀਤੀ ਕਹਿੰਦਾ ਸਿਸਟਮ ਥੋੜੀ ਸੁਧਰਿਆ ਸਿਸਟਮ ਦੇ ਵਿੱਚ ਪ੍ਰੋਬਲਮ ਹੁਦਾਂ ਹੀ ਆ ਉਡੀ ਗੱਲ ਫੇਰ ਫਿਰ ਉਹ ਮੰਤਰੀ ਬਣ ਗਿਆ ਮੈਂ ਖਾਲੇ ਹੁਣ ਗੱਲ ਬਣੀ ਕਹਿੰਦਾ ਸਿਸਟਮ ਖਰਾਬ ਹੈ ਹੁਣ ਕੀ ਕਹਿਣਾ ਚਾਹੋਗੇ ਕਹਿੰਦਾ ਸਿਸਟਮ ਹੀ ਇਨੌਲੀਜਿਆ ਪਿਆ ਵੀ ਸਿਸਟਮ ਦੇ ਵਿੱਚੋ ਸਮੱਸਿਆ ਮੁੱਕੀ ਨਹੀਂ ਹੁਣ ਸਰਕਾਰ ਉਹਨਾਂ ਦੀ ਚਲੀ ਗਈ ਆਮ ਆਰ ਵੀ ਪਾਰਟੀ ਲੈ ਗਈ ਕਹਿੰਦੇ ਸਿਸਟਮ ਦੇ ਵਿੱਚ ਹੋ ਵੀ ਪ੍ਰੋਬਲਮ ਮੈਂ ਹੋਰ ਤੁਹਾਨੂੰ ਕੀ ਕਰਕੇ ਦੱਸੋ ਵਿਧਾਇਕ ਬਣਤਾ ਮੰਤਰੀ ਬਣ ਗਏ ਸੱਤਾ 'ਚ ਆ ਗਏ ਸੱਤਾ 'ਚ ਚਲੇ ਗਏ ਹਾਂ ਸਿਸਟਮ ਹੋ ਵੀ ਸਿਸਟਮ ਨਹੀਂ ਬਦਲਿਆ ਤੇ ਜੇ ਉਹਨਾਂ ਲਈ ਸਿਸਟਮ ਖਰਾਬ ਆ ਤੇ ਆਮ ਲੋਕ ਕਿੱਥੇ ਜਾਣ ਹਾਂ ਸਹੀ ਗੱਲ ਆ ਹਜ਼ਰੇ ਜੰਝਦਾ ਮੀਚਾ ਹਰਮਨ ਜੀ ਬਣਾ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਦੱਸੋ ਤੁਸੀਂ ਪਿਛਲੇ ਨਹੀਂ ਆਪਣੀ ਦਾੜ ਕਟਵਾਈ ਸੀ ਅਸੀਂ ਮਲਵਾਈ ਜਾੜ ਕਹਿੰਦੇ ਤੁਸੀਂ ਦਾੜ ਕਹਿੰਦੇ ਸਾਨੂੰ ਇਤਰਾਜ਼ ਕੋਈ ਨਹੀਂ ਰੋਟੀ ਚੱਬਣੀ ਹੈ ਹਾਂਜੀ ਪਰ ਜਦੋਂ ਤੁਸੀਂ ਦਾੜ ਕਟਵਾਈ ਜੀ ਤਾਂ ਕਿੰਨੇ ਪੈਸੇ ਲੱਗੇ ਜਾਂ ਜਦੋਂ ਤੁਸੀਂ ਦਾੜ ਲਵਾਉਣੀ ਹੈ ਤਾਂ ਕਿੰਨੇ ਪੈਸੇ ਲੱਗਣੇ ਆ ਇਹ ਗੱਲ ਸਾਫ਼ ਹੋ ਜੇ ਬਿਲਕੁਲ ਸਹੀ ਦੱਸ ਹੰਡਾਣਾ ਸਾਹਿਬ ਹਾਂਜੀ ਜਦੋਂ ਦਾੜ ਕਟਵਾਈ ਕੋਈ ਪੈਸਾ ਨਹੀਂ ਲੱਗਿਆ ਜਦੋਂ ਹੁਣ ਲਵਾਉਣੀ ਐ ਤਗੜੇ ਹੀ ਲੱਗਣਗੇ ਕਿੰਨੇ ਦਾ ਜੇਕਰ ਪੱਕੀ ਲਵਾਉਣੀ ਐ ਪੱਕੀ ਕਿਵੇਂ ਮਤਲਬ ਨਹੀਂ ਨਹੀਂ ਡਾਡਾ ਸਾਹਿਬ ਇੱਕ ਹੁੰਦੀ ਆ ਉਹ ਫਿਕਸ ਲੱਗ ਜਾਂਦੀ ਆ ਹੈ ਨਾ ਮੈਂ ਪੱਕੀ ਸਮਝੀ ਕਿ ਕੈਨੇਡਾ ਚ ਆਊਗੀ ਜਿਹੜੀ ਪੱਕੀ ਹੋਈ ਵੀ ਨਹੀਂ ਨਹੀਂ ਫਿਕਸ ਲਗਣੀ ਐ ਤੇ ਉਹਦੇ ਲਈ ਹੋਊਗਾ 25 ਤੋਂ 27000 ਦਾ ਖਰਚ ਇੱਕ ਦੇ ਲਈ ਅੱਛਾ ਤੇ ਜੇਕਰ ਤੁਸੀਂ ਉਹ ਦੂਜੀ ਲਵਾਉਣੀ ਐ ਇੱਕ ਹੋਰ ਤਰੀਕਾ ਹੁੰਦਾ ਬ੍ਰਿਜ ਕਰਕੇ ਹਾਂ ਜੀ ਪੋਲ ਬਣਾ ਕੇ ਤਾਂ ਫੇਰ 11-12000 ਰੁਪਇਆ ਲੱਗੂਗਾ ਤੇ ਤੁਸੀਂ ਕਿਹੜੀ ਠੀਕ ਸਮਝਦੇ ਆ ਮੈਂ ਤਾਂ ਘੱਟ ਵਾਲੀ ਹੀ ਠੀਕ ਸਮਝੂਗੀ ਹੁਣ ਡੈਣਾ ਸਾਹਿਬ ਕੋਲ ਵਾਲਾ ਕੰਮ ਠੀਕ ਆ 25 ਤੋਂ 27000 ਹੁਣ ਕਿਉਂ ਆਓ ਤੇ ਰੋਟੀ ਜੜੇ ਤੁਹਾਨੂੰ ਟਰਾਲਾ ਲਗਾਉਣਾ ਤੋਂ ਨਹੀਂ ਹੈ ਨਾ ਨਾਲੇ ਮੈਂ ਡੈਣਾ ਸਾਹਿਬ ਸੋਖ ਨਾਲ ਕਿਸ਼ਤਾਂ ਵੀ ਦੇਣੀਆਂ ਨੇ ਹੋਰ ਵੀ ਕਈ ਖਰਚੇ ਨੇ ਘਰ ਵੀ ਚਲਾਉਣਾ ਹੈ ਤੇ ਮੈਂ 27000 ਦਾੜਤੀ ਲਾ ਕੇ ਕਿੱਥੇ ਜਾਊਂਗੀ ਬਿਲਕੁਲ ਸਹੀ ਗੱਲ ਆ ਮਤਲਬ ਸਿਆਣੀ ਗੱਲ ਇਹਨਾਂ ਦੀ ਕੋਈ ਇਹਨਾਂ ਕੋਲ ਟਰਾਲਾ ਕੋਈ ਜੀਪ ਥੋੜੀ ਲਗਾਉਣੀ ਤਾਂ ਦੇ ਉੱਤੋਂ ਨਹੀਂ ਡੈਣਾ ਸਾਹਿਬ ਵੀ ਇਹ ਪੁਲ ਬਣਾ ਕੇ ਨਾ ਮਜ਼ਬੂਤ ਜਾ ਉਹ ਡਾਕਟਰ ਨੂੰ ਕਹਿਣਾ ਵੀ ਠੀਕ ਰੱਖ ਪਰ ਗੱਲ ਇਹ ਆ ਵੀ 1 ਰੁਪਿਆ ਨਹੀਂ ਲਾਇਆ ਇੱਕ ਬ ਇਹ ਇੰਗਲੈਂਡ ਦੀ ਬੀਬੀ ਆ ਲੰਡਨ ਵਾਲ ਦੀ ਅੱਛਾ ਜੀ ਉਹ ਡੇਨੀਅਲ ਉਹਦਾ ਨਾਮ ਬੀਬੀ ਦਾ ਅੱਛਾ ਜੀ ਉਹਦੇ ਦੰਦ ਐਂ ਦੁਖਦੇ ਸੀ ਜਿਵੇਂ ਤੁਹਾਡੀ ਜਾੜ ਦੁਖਦੀ ਸੀ ਬਹੁਤ ਦੁਖਦੇ ਉਹਦੇ ਹਿਲ ਦੇ ਵੀ ਸੀਗੇ ਅੱਛਾ ਜੀ ਉਹਨੇ ਯਾਬੀ ਨਵੇੜਤਾ ਉਹਨੇ 12 13 ਦੰਦ ਆਪੇ ਪਟੜ ਲਏ ਹਾਂਜੀ ਕਹਿੰਦੀ ਇੱਕ ਆ ਪਿਆ ਇੱਕ ਆ ਪਿਆ ਇੱਕ ਆ ਪਿਆ ਇੱਕ ਆ ਪਿਆ ਸੱਚੀ ਉਹਦਾ ਮੱਕੀ ਦੇ ਦਾਣੇ ਉਹ ਰੱਖੀ ਬੈਠੀ ਥਾਲੀ ਚ ਪਾ ਕੇ ਨੇ ਨਹੀਂ ਵਿਵਹਲਦੇ ਹੋਣਗੇ ਮੇਰੇ ਵਾਲਾ ਹਿਲਦਾ ਨਹੀਂ ਸੀ ਤਾਂ ਨੇ ਤਾਂ ਕਰਕੇ ਮੈਂ ਆਪਦੀ ਕੱਢਿਆ ਪਰ ਇਹ ਜਿਹੜੀ ਬੀਬੀ ਤੁਸੀਂ ਗੱਲ ਸੁਣਾ ਰਹੇ ਹੋ ਨਾ ਡੇਨੀਅਲ ਵਾਚਸ ਇਹ ਬੀਬੀ ਜਿਹੜੀ 42 ਸਾਲਾਂ ਦੀ ਹੈ ਤੇ ਇਹਨੇ 13 ਦੰਦ ਤਾਂ ਕੱਢ ਲਿਆ ਆਪੇ ਹੁਣ 14 ਦੰਦ ਬਾਕੀ ਰਹਿ ਗਏ ਨੇ ਇਹਦੇ ਮੂੰਹ ਦੇ ਵਿੱਚ ਤੇ 14 ਦੇ ਵਿੱਚੋਂ ਵੀ 8 ਜਿਹੜੇ ਉਹ ਕੱਢਣ ਵਾਲੇ ਆ 8 ਮੇਰੇ ਖਿਆਲ ਜਦੋਂ ਤੱਕ ਆਪਾਂ ਪ੍ਰੋਗਰਾਮ ਨਿਬੇੜਨਾ ਕੱਢੇ ਲਾਓ ਨੇ ਉਹ ਕਹੇ ਵੀ ਦੇਖੋ ਗੱਲ ਇਹ ਆ ਵੀ ਸਾਡੇ ਨੇੜੇ ਤੇੜੇ ਕੋਈ ਦੁਕਾਨ ਹੈ ਨਹੀਂ ਅੱਛਾ ਜੀ ਕੋਈ ਹਸਪਤਾਲ ਹੈ ਨਹੀਂ ਹੂੰ ਉਹ ਕਹੇ ਜੇ ਮੇਰੇ ਨੇੜੇ ਤੇੜੇ ਹਸਪਤਾਲ ਹੁੰਦਾ ਤਾਂ ਫਿਰ ਮੈਂ ਉ ਤੇ ਜਿਹੜਾ ਮਹਿੰਗੇ ਹਸਪਤਾਲ ਆ ਉੱਥੇ ਮੇਰੇ ਜਾਣ ਵਾਸਤੇ ਪੈਸੇ ਹੈ ਨਹੀਂ ਸਮੱਸਿਆ ਤਾਂ ਬੋਰਿਆ ਨਹੀਂ ਵੀ ਉਹੀ ਜਿਹੜੀ ਸਾਡੀ ਇੱਥੇ ਆ ਬਿਲਕੁਲ ਉਹ ਕਹਿੰਦੀ ਵੀ ਇਸ ਕਰਕੇ ਮੈਂ ਤਾਂ ਨਾ ਪਾਈ ਆਪੇ ਆ ਚੱਕ ਆ ਚੱਕ ਆ ਚੱਕ ਪਟ ਪਟ ਕੇ ਆ ਮਾਰੇ ਐ ਨਾ ਕਰੋ ਦਰਦ ਹੁੰਦੀ ਹੈ ਅੱਛਾ ਹਾਂ ਏ ਗੱਲਾ ਜੀ ਇਹ ਗੱਲਾ ਪਰ ਟੈਣਾ ਸਾਹਿਬ ਤੁਸੀਂ ਇਹ ਵੇਖੋ ਵੀ ਕੁਦਰਤ ਨੇ ਕਿੰਨੀ ਨਿਆਮਤ ਬਖਸ਼ੀ ਆ ਸਾਨੂੰ ਵੀ ਬਿਲਕੁਲ ਮੁਫਤ ਦੇ ਵਿੱਚ ਸਾਡੀਆਂ ਹੱਡੀਆਂ ਨਾੜਾਂ ਸਾਡੀ ਚਮੜੀ ਹਨਾ ਫਿਰ ਸਾਡੀਆਂ ਦਾੜਾਂ ਦੰਦ ਸਭ ਕੁਝ ਮੁਫਤ ਦੇ ਵਿੱਚ ਦਿੱਤਾ ਤੇ ਹੁਣ ਵੇਖੋ ਤੁਸੀਂ ਜਦੋਂ ਇੱਕ ਦੰਦ ਵੀ ਲਵਾਉਣਾ ਤੇ 25 27000 ਦਾ ਬਿਲਕੁਲ ਸਹੀ ਹਨਾ ਕਿੱਥੇ ਜਾ ਕੇ ਗੱਲ ਤੇ ਭਾਈ ਚੌਕਲੇਟਾਂ ਤੋਂ ਬਚਾ ਰੱਖੋ ਜੀ ਠੰਡੀਆਂ ਮਠੀਆਂ ਚੀਜ਼ਾਂ ਤੋਂ ਬਚਾ ਕਰੋ ਜੀ ਕਈ ਲੋਕ ਬਹੁਤ ਸਾਰੀ ਆਈਸਕ੍ਰੀਮ ਖਾਂਦੇ ਆ ਹੂੰ ਕਈ ਲੋਕ ਬਹੁਤ ਸਾਰੀ ਚੌਕਲੇਟ ਵੀ ਖਾਂਦੇ ਆ ਜੀ ਕਈ ਲੋਕ ਨਹੀਂ ਵਿਚਾਰ ਰਖਦੇ ਉਹਨਾਂ ਨੂੰ ਰੋਕੋ ਤੇ ਬੁਰਸ਼ ਕਰਿਆ ਕਰੋ ਦੋਵੇਂ ਵੇਲੇ ਜੀ ਤੇ ਬੁਰਸ਼ ਬੜੇ ਵਧੀਆ ਤਰੀਕੇ ਨਾਲ ਕਰਿਆ ਕਰੋ ਦਾਤਣ ਕਰਿਆ ਕਰੋ ਨਿਮੰਦੀ ਇਹ ਕੀੜਾ ਮਾਰ ਦਿਓ ਸ਼ਰਮ ਨਹੀਂ ਮਰ ਜੇ ਉਹ ਹਾਂ ਹਾਂ ਗੱਲ ਸਹੀ ਹੈ ਤੁਹਾਡੀ ਪਰ ਕੀ ਕਰੀਏ ਚਾਕਲੇਟਸ ਦੇ ਬਿਨਾ ਤੇ ਹੋਰ ਕੀ ਕੀ ਕਹਸਤੇ ਸੀ ਆਈਸਕ੍ਰੀਮ ਦੇ ਬਿਨਾ ਨਹੀਂ ਰਿਹਾ ਜਾਂਦਾ ਨਾ ਕਿ ਨਹੀਂ ਰਿਹਾ ਜਾਂਦਾ ਨਾ ਰੁਪਇਆ 25000 ਦੀ ਡਾਕਟਰ ਸਾਹਿਬ ਇਹਨੂੰ ਤਾਂ 35000 ਲਓ ਇਹਨੂੰ ਤਾਂ ਰਿਹਾ ਨਹੀਂ ਜਾਂਦਾ ਨਹੀਂ ਨਹੀਂ ਡਾਕਟਰ ਸਾਹਿਬ ਇਦਾਂ ਬਿਲਕੁਲ ਨਹੀਂ ਕਰਨਗੇ ਕਿਉਂਕਿ ਜਿਉਂ ਨਾਲੇ ਮੁਫਤ ਚ ਮੇਰੀ ਦਾੜ ਕੱਢੀ ਐ ਤੁਸੀਂ ਹਿਸਾਬ ਲਾ ਸਕਦੇ ਹੋ ਕਿੰਨਾ ਪਿਆਰ ਕਰਦੇ ਨੇ ਹੈਨਾ ਡਾਕਟਰ ਸਾਹਿਬ ਪੂਰਾ ਸਤਿਕਾਰ ਕਰਦੇ ਨੇ ਆਪਣੀ ਬੇਟੀ ਸਮਝਦੇ ਨੇ ਇਸ ਲਈ ਉਹਨਾਂ ਨੇ ਕੋਈ ਪੈਸੇ ਨਹੀਂ ਲਏ ਪਰ ਹੁਣ ਲਾਉਣ ਦੇ ਤਾਂ ਫਿਰ ਦੰਦ ਬਣਾਉਣ ਤੇ ਖਰਚ ਆਉਂਦਾ। ਕਹਿੰਦੇ ਵੀ ਇੱਕ ਵਾਰੀ ਇੱਕ ਨਾ ਬੰਦੇ ਨੇ ਆਪਦੀ ਘਰ ਵਾਲੀ ਨੂੰ ਕਿਹਾ ਦੋਵੇਂ ਜਣੇ 75 80 ਸਾਲ ਦੇ ਹੋਣਗੇ। ਉਹ ਕਹਿੰਦਾ ਵੀ ਐ ਕਰ ਪੱਜ ਕੇ ਨਾ ਮੈਨੂੰ ਤੋਂ ਦੰਦਾ ਦਸ ਟਫੜਾ ਮੇਰਾ। ਉਹ ਕਹਿੰਦੀ ਵੀ ਕੀ ਗੱਲ ਹੋ ਗਈ ਹਲੇ ਕੜੇ ਰੋਟੀ ਬਣਾਈ ਮੈਂ। ਰੋਟੀ ਨੂੰ ਦਾ ਘੜ। ਹੂੰ। ਰੋਟੀ ਦਾ ਖੜਾ ਛੱਡ ਕੇ ਨਾ ਕਹਿੰਦਾ ਮੈਂ ਉਧਰ ਸਮੈਲ ਦੇਣ ਨੂੰ ਬੈਠਾ। ਉਧਰਲੇ ਪਾਸੇ ਸਮੈਲ ਵਾਲੀ ਗੱਲ ਆਈ ਪਈ ਐ। ਮੈਨੂੰ ਸਮੈਲ ਕਾਲੀ ਆਈ ਹੋਈ ਐ। ਆ ਵੀ ਹਜ਼ਰ ਐ। ਜੰਜਦਾ ਵਿਚਾਰ ਹਰਮਨਜੀਤ ਗੋਲਡੀ ਬਰਾੜ ਦੀ ਇੱਕ ਪੋਸਟ ਬੜੀ ਵਾਇਰਲ ਹੋਈ ਹੈ ਹਾਂਜੀ ਇਸ ਪੋਸਟ ਦੇ ਉੱਤੇ ਨਾ ਮੇਰਾ ਜੀ ਕਰਦਾ ਵੀ ਕੁਝ ਕ ਵਿਚਾਰ ਜ਼ਰੂਰ ਦੱਗੇ ਜੀ ਕਿਉਂਕਿ ਉਹਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਦੋ ਸ਼ੂਟਰ ਮਾਰੇ ਗਏ ਆ ਪਕਣਾ ਪਿੰਡ ਦੇ ਵਿੱਚ ਜਗਰੂਪ ਰੂਪਾ ਤੇ ਮਨਪ੍ਰੀਤ ਮਨੂ ਇਹ ਦੋਵੇਂ ਜਣੇ ਬੱਬਰ ਸ਼ੇਰ ਆ ਬੱਬਰ ਸ਼ੇਰ ਉਹਨੇ ਇਹ ਗੱਲ ਕਹੀ ਆ ਜੀ ਉਹ ਕਹਿੰਦਾ ਵੀ ਜਦੋਂ ਪੁਲਿਸ ਨੇ ਘੇਰਾ ਪਾ ਲਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਫੋਨ ਕੀਤਾ ਵੇ ਭਾਈ ਕਿਵੇਂ ਕਰਗੇ ਤੇ ਮੈਂ ਕਿਹਾ ਵੀ ਤੁਸੀਂ ਆਤਮ ਸਮਰਪਣ ਕਰ ਦਿਓ ਮੈਂ ਤੁਹਾਨੂੰ ਜੇਲ੍ਹ ਦੇ ਵਿੱਚੋਂ ਕਢਵਾ ਲਵਾਂ ਅੱਛਾ ਉਹ ਕਹਦੇ ਨਹੀਂ ਭਾਈ ਜੀ ਅੱਜ ਅਸੀਂ ਤੈਨੂੰ ਆਪਦੀ ਆਖਰੀ ਪਰਫਾਰਮੈਂਸ ਵਿਖਾਉਣੀ ਹੈ ਤੇ ਫਿਰ ਉਹਨਾਂ ਨੇ 5-6 ਘੰਟੇ ਪੁਲਿਸ ਦਾ ਮੁਕਾਬਲਾ ਕੀਤਾ ਦੇਖੋ ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਬੱਬਰ ਸ਼ੇਰ ਦੀ ਪਰਿਭਾਸ਼ਾ ਵੀ ਕੀ ਹੋਜੀ ਹੈ ਵਹਿ ਤਾਂ ਸਾਡੇ ਦੇਸ਼ ਦੇ ਵਿੱਚ ਸ਼ਹੀਦ ਦੀ ਗद्दार ਦੀ ਬੱਬਰ ਸ਼ੇਰ ਦੀ ਅਣਖੀ ਦੀ ਕਾਇਰ ਨਹੀਂ ਅੱਜਕੱਲ ਪਰਭਾਸ਼ਾਵਾਂ ਬੜੀਆਂ ਬਦਲੀਆਂ ਜਾ ਰਹੀਆਂ ਅਸੀਂ ਰਾਤੋਂ ਰਾਤ ਪਤਾ ਨਹੀਂ ਕਿਹਨੂੰ ਕੀ ਬਣਾ ਦੇਣਾ ਤੇ ਰਾਤੋਂ ਰਾਤ ਪਤਾ ਨਹੀਂ ਕਿਹਨੂੰ ਟਾ ਦੇਣਾ ਪਰ ਮੈਂ ਹੈਰਾਨ ਜ਼ਰੂਰ ਹੋ ਗਿਆ ਵੀ ਯਾਰ ਬੱਬਰ ਸ਼ੇਰ ਦੀ ਪਰਭਾਸ਼ਾ ਕੀ ਬਣਾਈ ਗਈ ਆ ਉਸ ਤੋਂ ਅਗਲੀ ਗੱਲ ਇਹ 골ਡੀ ਬਰਾਡ ਦੇ ਉਹਦੇ ਵਿੱਚ ਲਿਖੀ ਪੋਸਟ ਚ ਉਹ ਕਹਿੰਦਾ ਜੀ ਕਿ ਜਿਹੜਾ ਕਿਹਾ ਜਾ ਰਿਆ ਨੇ ਜਿਕੇ ਅੰਕਿਤ ਦੇ ਨਾਲ ਵਾਧਾ ਜੋ ਕੀਤਾ ਸੀ ਮੈਂ ਉਹਨੂੰ ਉਹਨੇ ਪੈਸੇ ਨਹੀਂ ਦਿੱਤੇ ਅਸੀਂ ਉਹਨਾਂ ਦੇ ਟੱਬਰ ਦੀ ਮਦਦ ਦੇ ਵਾਸਤੇ ਸਾਰਾ ਕੁਝ ਕਰ ਲਿਆ ਜਿਹੜੇ ਮਾਰੇ ਗਏ ਆ ਦੋਵੇਂ ਮੁੰਡੇ ਇਹਦੇ ਵਾਸਤੇ ਵੀ ਸਾਰਾ ਕੁਝ ਕਰ ਲਿਆ ਪਰ ਉਹਨੇ ਇੱਕ ਨਵਾਂ ਸਵਾਲ ਖੜਾ ਕਰਤਾ ਜੀ ਜੀ ਕਹਿੰਦਾ ਸ਼ਾਰਪ ਸ਼ੂਟਰ 8 ਸੀ ਸਿੱਧੂ ਮੂਸੇਵਾਲੇ ਦਾ ਕਤਲ ਵਾਲੇ ਅੱਛਾ ਜੀ ਦਿੱਲੀ ਦੀ ਪੁਲਿਸ ਕਹਿੰਦੀ 6 ਸੀ ਹੂੰ 6ਾਂ ਦੇ ਵਿੱਚੋਂ ਦੋ ਮਾਰੇ ਗਏ ਹੂੰ ਤਿੰਨ ਪੁਲਿਸ ਲਈ ਹੱਥ ਲੱਗੇ ਆ ਤੇ ਇੱਕ ਜਣੇ ਦੀ ਭਾਲ ਜਾਰੀ ਆ ਹੂੰ ਤੇ ਕੀ ਗੋਲਡੀ ਬਰਾੜ ਸੱਚ ਕਹਿ ਰਿਹਾ ਜਾਂ ਉਹ ਝੂਠ ਕਹਿ ਰਿਹਾ ਹੁਣ ਇਹਦੇ ਬਾਬਤ ਪੁਲਿਸ ਦੇ ਪੜਤਾਲ ਕਰਨੀ ਆ ਉਹ ਕਿਹੜਾ ਬੰਦੇ 8 ਸੀ ਪੁਲਿਸ ਕਹਿੰਦੀ 6 ਸੀ ਪਤਾ ਨਹੀਂ ਸਚਾਈ ਕੀ ਆ ਬਿਲਕੁਲ ਸਚਾਈ ਤਾਂ ਹੌਲੀ ਹੌਲੀ ਲੋਕਾਂ ਦੇ ਸਾਹਮਣੇ ਆਏਗੀ ਪਰ ਟਾਣਾ ਸਭ ਇਸ ਵੇਲੇ ਨਾ ਬਹੁਤ ਕੁਝ ਚੱਲਦਾ ਪਿਆ ਕਈ ਲੋਕ ਝੂਠਾ ਕਿਸੇ ਦਾ ਵੀ ਨਾਮ ਲੈ ਕੇ ਕੁਝ ਵੀ ਲਿਖੀ ਜਾਂਦੇ ਨੇ ਕਈ ਲੋਕ ਫੋਨ ਦੇ ਉੱਤੇ ਧਮਕੀਆਂ ਦੇ ਜਾਂਦੇ ਨੇ ਕੋਈ ਕਸ਼ ਕਰੀ ਜਾਂਦਾ ਕੋਈ ਕਸ਼ ਕਰੀ ਜਾਂਦਾ ਪਰ ਗੱਲ ਸਿਰਫ ਇੱਥੇ ਆ ਕੇ ਮੁੱਕਦੀ ਹੈ ਕਿ ਇਨਸਾਫ ਚਾਹੀਦਾ ਪਰਿਵਾਰ ਸਿਰਫ ਤੇ ਸਿਰਫ ਇਨਸਾਫ ਚਾਹੁੰਦਾ ਉਹਨਾਂ ਦੇ ਚਾਹਣ ਵਾਲੇ ਸਿਰਫ ਤੇ ਸਿਰਫ ਇਨਸਾਫ ਚਾਹੁੰਦੇ ਨੇ ਤੇ ਇਹ ਚਾਹੁੰਦੇ ਨੇ ਕਿ ਇਨਸਾਫ ਦੇ ਵਿੱਚ ਦੇਰੀ ਹਣਾ ਕਿਉਂਕਿ ਦੇਰੀ ਨਾਲ ਹੋਇਆ ਇਨਸਾਫ ਜਿਹੜਾ ਆ ਉਹ ਵੀ ਕਿਸੇ ਨੂੰ ਮਨਜ਼ੂਰ ਨਹੀਂ ਹੈ ਇਹ ਸਮਾਂ ਰਹਿੰਦਾ ਇਨਸਾਫ ਹੋਣਾ ਚਾਹੀਦਾ ਹੈ ਤੇ ਹਰ ਕੋਈ ਇਨਸਾਫ ਦੀ ਉਡੀਕ ਦੇਵੇ ਤੇ ਅਗਲੀ ਗੱਲ ਇਹ ਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਆ ਜਿਹੜੇ ਉਹ ਜਵਾਰਕੇ ਪਿੰਡ ਦੇ ਵਿੱਚ ਜਿੱਥੇ ਕਿ ਕਤਲ ਕੀਤਾ ਗਿਆ ਉਹ ਥਾਂ ਤੇ ਅਖੰਡ ਪਾਠ ਸਾਹਿਬ ਦੇ ਵਿੱਚ ਭੋਗ ਦੇ ਵਿੱਚ ਸ਼ਰਕਤ ਕਰਨ ਦੇ ਲਈ ਗਏ ਸੀਗੇ ਉਹਨਾਂ ਨੇ ਉੱਥੇ ਗੱਲ ਕਹੀ ਹੈ ਕਿ ਦੋ ਜਣੇ ਮਾਰੇ ਗਏ ਆ ਸਾਡੇ ਕਾਲਜੇ ਨੂੰ ਥੋੜੀ ਜਿਹੀ ਠੰਡ ਪਈ ਆ ਪਰ ਜਿੰਨੀ ਦੇਰ ਤੱਕ ਇਹੋ ਜਿਹਾ ਕਾਰਾ ਕਰਨ ਵਾਲਿਆਂ ਦਾ ਬੀਜ ਨਾਸ਼ ਨਹੀਂ ਹੁੰਦਾ ਓਨੀ ਦੇਰ ਤੱਕ ਸਾਨੂੰ ਚੈਨ ਨਹੀਂ ਆਉਣੀ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਪਿੰਡ ਛੱਡ ਕੇ ਕਿਤੇ ਨਹੀਂ ਚੱਲੇ ਮੀਡੀਆ ਦੇ ਵਿੱਚ ਅਫਵਾਹਾਂ ਫਲਾਇਆ ਜਾ ਰਹੀਆਂ ਵੀ ਭਾਈ ਉਹ ਛੱਡ ਕੇ ਚਲੇ ਗਏ ਉਹ ਅਫਵਾਹਾਂ ਆ ਫਲਾ ਦਿਓ ਉਹ ਕਰ ਦਿਓ ਆ ਕਰ ਦਿਓ ਅਸੀਂ ਕਿਤੇ ਨਹੀਂ ਚੱਲੇ ਤੇ ਅਗਲੀ ਗੱਲ ਇਹ ਕਹੀ ਹੈ ਜੀ ਕੁਝ ਕੁ ਲੋਕਾਂ ਨੇ ਵੀ ਇਹਨਾਂ ਨੇ ਬੱਚਾ ਗੋਦ ਲੈ ਲਿਆ ਵੀ ਭਾਈ ਸਿੱਧੂ ਮੂਸੇਵਾਲਾ ਨਵਾਂ ਇੱਕ ਗੋਦ ਲੈ ਲਿਆ ਹੁਣ ਬਹੁਤ ਜਲਦ ਵੱਡਾ ਹੋ ਕੇ ਗਾਊਗਾ ਇਦਾਂ ਦੀਆਂ ਗੱਲਾਂ ਤੋਂ ਭਾਈ ਬਾਜ਼ ਆਓ ਕੋਈ ਅਫਵਾਹ ਨਾ ਫਲਾਓ ਸਾਡੇ ਪਰਿਵਾਰ ਦੀ ਪੀੜ ਨੂੰ ਸਮਝੋ ਤਮਾਸ਼ੇ ਨਾ ਕਰੋ ਸੋਸ਼ਲ ਮੀਡੀਆ ਦੇ ਉੱਤੇ ਕੋਈ ਕੁਝ ਲਿਖ ਦਿੰਦਾ ਕੋਈ ਕੁਝ ਲਿਖ ਦਿੰਦਾ ਇਹਨਾਂ ਗੱਲਾਂ ਤੋਂ ਗੁਰੇਜ਼ ਕਰੋ ਲੋਕੀ ਪਤਾ ਨਹੀਂ ਕਿਉਂ ਟਾਣਾ ਸਾਹਿਬ ਮੈਂਟ ਨਹੀਂ ਲਾਉਂਦੇ ਅਫਵਾਹ ਫੈਲਾਉਣ ਲੱਗਿਆਂ ਤੇ ਇਹ ਵੀ ਨਹੀਂ ਸੋਚਦੇ ਵੀ ਕਿਸੇ ਦੇ ਉੱਪਰ ਕੀ ਬੀਤਦੀ ਹੋਊਗੀ ਜਿਹਦੇ ਬਾਬਤ ਤੁਸੀਂ ਕੁਝ ਵੀ ਕਹਿ ਦਿੰਦੇ ਹੋ ਮੂੰਹ ਆਇਆ ਉਹ ਬੰਦੇ ਦੇ ਉੱਪਰ ਕੀ ਬੀਤਦੀ ਹੋਊਗੀ ਕਿ ਤੁਸੀਂ ਜੋ ਮਰਜ਼ੀ ਸੱਚ ਝੂਠ ਜੋ ਚੰਗਾ ਲੱਗਦਾ ਉਹ ਲਿਖੀ ਜਾਂਦੇ ਹੋ ਬੋਲੀ ਜਾਂਦੇ ਹੋ ਪਈ ਅਗਲਿਆਂ ਦੀ ਆਪਣੀ ਨਿੱਜੀ ਜ਼ਿੰਦਗੀ ਹੈ ਤੇ ਉਹਨਾਂ ਨੂੰ ਥੋੜਾ ਜਆ ਤੁਸੀਂ ਨਾ ਇਸ ਵੇਲੇ ਇਸ ਦੁੱਖ ਦੇ ਵਿੱਚੋਂ ਉਹ ਕਦੇ ਨਿਕਲ ਨਹੀਂ ਸਕਦੇ ਪਰ ਸੈਨ ਸ਼ਕਤੀ ਉਹਨਾਂ ਦੀ ਵਧੇ ਥੋੜਾ ਜਿਆ ਇਧੇ ਲਈ ਉਹਨਾਂ ਨੂੰ ਸਮਾ ਦਓ ਉਹ ਵੀ ਇਨਸਾਫ ਚਾਹੁੰਦੇ ਨੇ ਇਦਾਂ ਦੀਆਂ ਅਫਵਾਹਾਂ ਫੈਲਾ ਫਿਲਾ ਕੇ ਤੁਸੀਂ ਸਿਰਫ ਤੇ ਸਿਰਫ ਪਰਿਵਾਰ ਨੂੰ ਦੁੱਖ ਦੇ ਰਹੇ ਹੋ ਹੋਰ ਕੁਝ ਨਹੀਂ ਮਿਲ ਰਿਹਾ ਇਸ ਦੇ ਬਦਲੇ ਹੈ ਨਾ ਸੋ ਕੁਝ ਇੱਕ ਕਮੈਂਟਾਂ ਦਾ ਕਰਕੇ ਲਾਈਕਸ ਦੇ ਚੱਕਰ ਦੇ ਵਿੱਚ ਤੁਸੀਂ ਇਹ ਜਿਹੜੀਆਂ ਅਫਵਾਹਾਂ ਫੈਲਾਉਂਦੇ ਤੋਂ ਬਾਜ਼ ਆਉਣਾ ਚਾਹੀਦਾ ਬਿਲਕੁਲ ਜੀ ਤੇ ਇੱਕ ਹੋਰ ਬੇਨਤੀ ਕਰਨੀ ਬਣਦੀ ਆ ਹੁਣ ਤੱਕ ਬਹੁਤ ਸਾਰੇ ਨੇਤਾਵਾਂ ਨੇ ਵੀ ਇਹ ਗੱਲ ਕਹੀ ਆ ਜੀ ਅਸੀਂ ਵੀ ਇਹ ਗੱਲ ਦੇ ਵੀ ਨੌਜਵਾਨ ਗਲਤ ਰਾਹ ਦੇ ਉੱਤੇ ਤੁਰੇ ਆ ਉਹ ਜ਼ਿੰਦਗੀ ਦੀ ਮੁੱਖ ਧਾਰਾ ਦੇ ਵਿੱਚ ਆਉਣ ਜੀ ਕਿਸੇ ਦਾ ਪੁੱਤ ਕਤਲ ਕਰ ਦੇਣਾ ਜਾਂ ਬਾਅਦ ਦੇ ਵਿੱਚ ਆਪ ਮਾਰੇ ਜਾਣਾ ਪਰਿਵਾਰਾਂ ਦੀ ਪੀੜ ਇੱਕ ਬਰਾਬਰ ਹੁੰਦੀ ਹੈ ਜੀ ਭਾਵੇਂ ਉਹ ਗੈਂਗਸਟਰ ਦਾ ਪਰਿਵਾਰ ਹੋਵੇ ਤੇ ਭਾਵੇਂ ਜਿਨ੍ਹਾਂ ਨੂੰ ਤੁਸੀਂ ਮਾਰਿਆ ਉਹਨਾਂ ਦਾ ਪਰਿਵਾਰ ਹੋਵੇ ਉਹ ਬੇਕਸੂਰ ਸਾਰੀ ਉਮਰ ਆ ਜਿਹੜੇ ਉਹ ਚੱਕੀ ਦੇ ਦੋਹਾਂ ਪੀੜਾਂ ਦੇ ਵਿੱਚ ਪਿਸਦੇ ਆ ਬਿਲਕੁਲ ਸੋ ਇਸ ਕਰਕੇ ਕਿਸੇ ਦੀ ਜ਼ਿੰਦਗੀ ਨੂੰ ਖਤਮ ਨਾ ਕਰੋ ਸਾਾਨੂੰ ਜ਼ਿੰਦਗੀ ਕਿਸੇ ਦੀ ਖਤਮ ਕਰਨ ਦਾ ਕੋਈ ਅਧਿਕਾਰ ਨਹੀਂ ਕੋਈ ਹੱਕ ਨਹੀਂ ਜੇ ਅਸੀਂ ਕਿਸੇ ਦਾ ਕੋਈ ਕੰਮ ਨਹੀਂ ਕਰ ਸਕਦੇ ਤਾਂ ਉਹਦਾ ਨੁਕਸਾਨ ਵੀ ਨਾ ਕਰਕੇ ਬਿਲਕੁਲ ਸਹੀ ਹੈ ਘਰ ਵਾਪਸੀ ਕਦੇ ਵੀ ਹੋ ਸਕਦੀ ਹੈ ਤੇ ਘਰ ਵਾਪਸੀ ਜ਼ਰੂਰ ਕਰਨੀ ਚਾਹੀਦੀ ਹੈ ਤੇ ਲੋਕਾਂ ਨੂੰ ਵੀ ਇੱਕ ਬੇਨਤੀ ਹੈ ਕਿ ਜੇਕਰ ਕੋਈ ਘਰ ਵਾਪਸੀ ਕਰਨ ਬਾਰੇ ਸੋਚਦਾ ਚਾਹੇ ਉਹ ਕੋਈ ਨਸ਼ੇ ਤੋਂ ਖਿਹੜਾ ਛਡਾ ਕੇ ਵਾਪਸ ਆਉਣਾ ਚਾਹੁੰਦਾ ਹੋਵੇ ਚਾਹੇ ਉਹ ਕਿਸੇ ਇਹੋ ਜੀ ਦਲਦਲ ਦੇ ਵਿੱਚੋਂ ਨਿਕਲ ਕੇ ਵਾਪਸ ਆਉਣਾ ਚਾਹੁੰਦਾ ਹੋਵੇ ਆਪਾਂ ਉਹਦੀ ਮਦਦ ਕਰਿਆ ਕਰੀਏ ਵੀ ਇਹ ਬੰਦਾ ਹੁਣ ਸੁਧਰਨਾ ਚਾਹੁੰਦਾ ਹੈ ਤੇ ਆਪਾਂ ਇਹਦੀ ਮਦਦ ਕਰੀਏ ਉਹਨੂੰ ਮੇਨੇ ਦੇ ਦੇ ਕੇ ਕੋਸ-ਕੋਸ ਕੇ ਦੁਬਾਰਾ ਉਸ ਰਾਹ ਦੇ ਉੱਪਰ ਚੱਲਣ ਲਈ ਮਜਬੂਰ ਨਾ ਕਰੀਏ ਬਿਲਕੁਲ ਸਹੀ ਸੋ ਆਪਾਂ ਬਾਕੀ ਹੁਣ ਚਲੀਏ ਜਾਨਾ ਸਾਹਿਬ ਜਾਣਦਾ ਹੋ ਗਿਆ ਜੀ ਵੇਲਾ ਆਪਣੀ ਪ੍ਰਤੀਕਿਰਿਆ ਜ਼ਰੂਰ ਸਰਤੇ ਪਹਚਾਇਓ ਦੋਵਾਂ ਦੇ ਇਜਾਜ਼ਤ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡੀ ਹਾਜ਼ਰ ਹੈ ਜੱਜ ਦਾ ਵੀ ਚਾ